ਕਰਨ ਤਾਂ ਕਿ ਵੱਡੀ ਉੱਪਰ ਦੀਆਂ ਬਾਈ ਦੀ ਟਾਈਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਓਵਰ ਟੂ ਗਰਾਊਂਡ ਬਰਾੜ ਸੀ ਆਓ ਵੀ ਪਾਸਲਾ ਤੇ ਧੰਨਾ ਸ਼ਹੀਦ ਦਾ ਜਿਹੜਾ ਮੁਕਾਬਲਾ ਤੁਸੀਂ ਤੱਕਣ ਜਾ ਰਹੇ ਹੋ ਔਰ ਨਾਲ ਹੀ ਕੌਂਕੇ ਤੇ ਸ਼ਕੂਰ ਵੀ ਆ ਜਾਓ ਵੀਰ ਕੌਂਕੇ ਤੇ ਸ਼ਕੂਰ ਦੀਆਂ ਟੀਮਾਂ ਸਖਤਿਆਲ ਕੋਟ ਕੋਟ ਦੇ ਸਾਹਿਬ ਜੋ ਕਿਹੜੀ ਜਿੱਤੀ ਵੀਰੇ ਵੀਰੇ ਅਸੀਂ ਬਾਰ ਬਾਰ ਵਾਜਾਂ ਦਿੰਦੇ ਹਾਂ ਪੰਜ ਪੰਜ ਵਾਜਾਂ ਦਿੰਦੇ ਹਾਂ ਯਾਰ ਪ੍ਰਬੰਧਕ ਨੋਟ ਕਰਿਆ ਕਰੋ ਸਾਹੋ ਕੇ ਜੇਤੂ ਆ ਬਾਈ ਜੀ ਵਾਰ ਵਾਰ ਕਹਿੰਦੇ ਅਸੀਂ ਠੀਕ ਹੈ ਜੀ ਦੇਖ ਲਿਆ ਬਾਈ ਪਤਾ ਲੱਗ ਜਾਂਦਾ ਸਾਨੂੰ ਕਬੱਡੀ ਤੰਨੇ ਸ਼ਹੀਦ ਦੀ ਤਰਫੋਂ ਆ ਮੇਰੇ ਵੀਰੋ ਇਹ ਜਿਹੜੀ ਕਬੱਡੀ ਇਸ ਵੇਲੇ ਨਾਲ ਹੀ ਅਗਲੇ ਮੁਕਾਬਲਿਆਂ ਦੇ ਲਈ ਪਾਸਲਾ ਤੇ ਕੌਂਕੇ ਕਲਾਂ ਦੀਆਂ ਜਿਹੜੀਆਂ ਸੌਰੀ ਸ਼ਕੂਰ ਤੇ ਕੌਂਕੇ ਕਲਾਂ ਦੀਆਂ ਟੀਮਾਂ ਜਿਹੜੀਆਂ ਪੁੱਜੀਆਂ ਨੇ ਕਿ ਚਾਰ ਝਾਫੀ ਪਾਸਲੇ ਦੇ ਔਰ ਇਸ ਵੇਲੇ ਜਿਹੜਾ ਹੈ ਧੌਣ ਤੇ ਰੱਖਦਾ ਹੋਇਆ ਹੱਥ ਬਗਲਾਂ ਭਰੀਆਂ ਨੇ ਕੋਲਡ ਛਾਪੇ ਦੇ ਫੌਜੀ ਦੀ ਤਰ੍ਹਾਂ ਕਿ ਦੁਨੀਆ ਮੰਨਦੀ ਰੇਡ ਹੈ ਗਾਜੀ ਪੁਰ ਦੇ ਲੱਖੇ ਦੀ ਕੀ ਸਿਫਤ ਕਰਾਂ ਮੈਂ ਬਾਜੀ ਚੰਡ ਦੇ ਜੱਫੇ ਦੀ ਖਾਨੋਵਾਲ ਦਾ ਜਿੰਦਰ ਕਿਹੜੇ ਖੇਡ ਕੜਾਕੇ ਦੀ ਕਿ ਖੜ ਖੜ ਤੱਕਦੇ ਜਾਪਸੀ ਲੋਕੀ ਫੌਜੀ ਕੋਲਡ ਛਾਪੇ ਦੀ ਬਾਈ ਖੜ ਖੜ ਤੱਕਦੇ ਜਾਪਸੀ ਲੋਕੀ ਫੌਜੀ ਕੋਲਡ ਛਾਪੇ ਦੀ ਚੱਲ ਵੀ ਸ਼ਕੀਨਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਪਾਸਲੇ ਦੀ ਤਰਫੋਂ ਮੇਰੇ ਵੀਰੋ ਗੁੰਦਾ ਹੋਇਆ ਸਰੀਰ ਹੈ ਨੌਜਵਾਨ ਦਾ ਕਿਤੇ ਵੀ ਜਿਹੜਾ ਭੋਰਾ ਵਾਧੂ ਮਾਸ ਨਹੀਂ ਦਿਸਦਾ ਇਹ ਜਿਹੜਾ ਕੱਲਾ ਕੱਲਾ ਮਸਲ ਗਵਾਹੀ ਪਰਦਾ ਕੀਤੀ ਹੋਈ ਮੈਂ ਅਨਾਉਂਸ ਨਾ ਕਰਿਓ ਪਾਸਲੇ ਤੇ ਇਤਰਾਜ਼ ਆ ਠੀਕ ਆ ਵੀਰ ਜੀ ਠੀਕ ਆ ਆਪਾਂ ਰਿਜ਼ਲਟ ਜਿਹੜਾ ਔਨ ਹੋਲਡ ਰੱਖਾਂਗੇ ਕੌਂਕੇ ਤੇ ਸ਼ਕੂਰ ਵੀ ਜਿਹੜਾ ਐਂਟਰੀ ਗੇਟ ਦੇ ਨੇੜੇ ਰਹਿਣ ਕੌਂਕੇ ਤੇ ਸ਼ਕੂਰ ਦੀਆਂ ਟੀਮਾਂ ਅਗਲੇ ਮੁਕਾਬਲਿਆਂ ਦੇ ਲਈ ਕੌਂਕੇ ਤੇ ਸ਼ਕੂਰ ਨੂੰ ਸਾਡਾ ਬਾਰ ਬਾਰ ਸੱਦਾ ਬਾਈ ਉਦੋਂ ਤੁਸੀਂ ਅੱਗੇ ਵੀ ਆਖਿਆ ਵੀ ਪਹਿਲਾਂ ਆ ਗਏ ਹੋ ਦੋ ਟੀਮਾਂ ਸਾਢੇ ਸੱਤ ਅੱਠ ਅੰਕਾਂ ਤੇ ਜਿਹੜੀ ਜਿੱਤ ਹਾਰ ਆ ਇਹ ਟੀਮਾਂ ਨੋਟ ਕਰਨ ਸਾਡੇ ਵੀਰ ਔਰ ਇਸ ਵੇਲੇ ਇਹ ਕਬੱਡੀ ਮੇਰੇ ਵੀਰ ਧੰਨੇ ਸ਼ਹੀਦ ਦੀ ਤਰਫੋਂ ਸਾਂਵਲਾ ਰੰਗ ਆ ਐਨ ਪੋਟੀਪੁਰੀ ਸੂਬੇ ਵਰਗਾ ਸਰੀਰ ਆ ਨੌਜਵਾਨ ਦਾ ਡੋਲੇ ਦੇ ਉੱਪਰ ਸੁਖਣਾ ਦੀ ਤਵੀਤੀ ਆ ਅੱਗੇ ਜਾਫੀ ਵੀ ਬੜੇ ਅੜਬ ਸੁਭਾਅ ਦਾ ਔਰ ਪੈਂਟ ਜਿਹੜਾ ਇਹ ਨੌਜਵਾਨ ਤਾਵੀ ਦਾ ਜਸਵੀਰ ਸਿੰਘ ਮਹਿਣੇ ਵਾਲਾ ਫੈਸਲੇ ਕਰਦਾ ਔਰ ਪੈਂਟ ਜਿਹੜਾ ਇਹ ਨੌਜਵਾਨ ਤਾਵੀ ਧੰਨੇ ਸ਼ਹੀਦ ਦੇ ਰੇਟਰ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਕਿ ਲੱਖਾਂ ਹੀ ਜੱਫੇ ਲੱਗਦੇ ਲੱਖਾਂ ਹੀ ਕੌਡੀਆਂ ਪੈਂਦੀਆਂ ਨੇ ਉਹ ਸ਼ੇਰਾਂ ਦੀਆਂ ਝਪਟਾਂ ਸਖਚੈਨ ਬਰਾੜਾ ਸ਼ੇਰਾਂ ਨੂੰ ਸਹਿਣੀਆਂ ਪੈਂਦੀਆਂ ਨੇ ਸੱਚੀ ਸ਼ੇਰਾਂ ਦੀਆਂ ਝਪਟਾਂ ਸਖਚੈਨ ਬਰਾੜਾ ਸ਼ੇਰਾਂ ਨੂੰ ਸਹਿਣੀਆਂ ਪੈਂਦੀਆਂ ਨੇ ਵਾਹ ਕਬੱਡੀ ਕਬੱਡੀ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਦੇਖਦਾ ਜ਼ਮਾਨਾ ਅੱਜ ਖੜ ਖੜ ਕੇ ਨਾਲ ਹੀ ਰੱਬ ਵਰਗੇ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਹੈ ਔਰ ਕਲੀ ਵਾਲੇ ਵੀਰ ਦਾ ਪਾਣੀ ਵਾਲੇ ਵੀਰ ਦਾ ਸਾਡੇ ਸਕੋਰਨ ਵੀਰ ਦਾ ਵੀ ਧੰਨਵਾਦ ਨਾਲ ਹੀ ਗੱਬਰ ਸਾਊਂਡ ਦਾ ਨਾਲ ਹੀ ਮੇਰੇ ਵੀਰੋ ਫਰੈਂਡ ਸਟੂਡੀਓ ਦਾ ਔਰ ਪੰਜਾਬ.com ਦਾ ਔਰ ਜਿੰਨੇ ਵੀ ਸਾਡੇ ਵੀਰ ਐਂਟਰੀ ਕਾਊਂਟਰ ਤੇ ਬੈਠੇ ਨੇ ਪਰਸੋਂ ਤੋਂ ਲੈ ਕੇ ਵੱਡੀਆਂ ਸੇਵਾਵਾਂ ਇਹਨਾਂ ਵੀਰਾਂ ਦੀਆਂ ਇਹਨਾਂ ਦਾ ਵੀ ਧੰਨਵਾਦ ਹੈ ਔਰ ਇਸ ਵੇਲੇ ਇਹ ਕਬੱਡੀ ਜਿਹੜੀ ਫੇਰ ਮੇਰੇ ਵੀਰੋ ਧੰਨੇ ਸ਼ਹੀਦ ਦੀ ਤਰਫੋਂ ਆ ਕੌਂਕੇ ਤੇ ਸ਼ਕੂਰ ਜਿਹੜਾ ਬਿਲਕੁਲ ਤਿਆਰੀ ਫੜ ਲੈਣ ਅਗਲੇ ਮੁਕਾਬਲਿਆਂ ਦੇ ਲਈ ਕੌਂਕੇ ਤੇ ਸ਼ਕੂਰ ਵਾਹ ਨਹੀਂ ਰੀਸਾਂ ਇੱਕ ਲੱਤ ਤਾਂ ਤੇ ਦੂਜੀ ਥੱਲੇ ਮੇਰੇ ਵੀਰੋ ਐਨ ਕਹਿੰਦੇ ਵੀ ਕਰਾਤੀ ਬੱਲੇ ਬੱਲੇ ਜਸਵੀਰ ਸਿੰਘ ਮਹਿਣੇ ਵਾਲਾ ਸੁਰਤਾਲ ਦੇ ਵਿੱਚ ਪਿਸਲ ਮਾਰ ਕੇ ਦੱਸਦਾ ਕਿ ਪੁਆਇੰਟ ਜਿਹੜਾ ਇਹ ਨੌਜਵਾਨ ਕਿ ਗਾਲਬ ਦਾ ਬਿੱਲਾ ਕਹਿੰਦੇ ਗਾਲਬ ਦਾ ਬਿੱਲਾ ਦੇਵ ਦਿਆਲਪੁਰ ਰੇਸ਼ਮ ਫੂਲੇਵਾਲ ਦੇ ਕਰਦੇ ਨੇ ਰੈਫਰੀ ਇਹ ਕੱਪਰੂ ਕਮਾਲ ਦੇ ਕਿ ਮਾਰ ਮਾਰ ਵਿਸਲਾ ਇਹ ਪੁਆਇੰਟ ਦੱਸਦੇ ਬਈ ਐਵੇਂ ਨਹੀਂ ਉਹ ਜਾਗੀ ਉੱਤੇ ਮਿੱਤਰਾਂ ਦਾ ਨਾਂ ਕਿ ਖੇਡਣਾ ਕਬੱਡੀ ਅਸੀਂ ਸ਼ੌਂਕ ਰੱਖਦੇ ਐਵੇਂ ਨਹੀਂ ਉਹ ਜਾਗੀ ਉੱਤੇ ਮਿੱਤਰਾਂ ਦਾ ਨਾਂ ਖੇਡਣਾ ਕਬੱਡੀ ਅਸੀਂ ਸ਼ੌਂਕ ਰੱਖਦੇ ਨਾਲ ਹੀ ਸਾਡੇ ਦਰਮਿਆਨ ਫੌਜੀ ਭੈਣੀ ਜੀ ਰੇਸ਼ਮ ਫੂਲੇ ਵਾਲੀ ਆ ਅੱਜ ਦੇ ਜਿਹੜੇ ਸਾਡੇ ਅਫੀਸ਼ੀਅਲ ਵੀਰ ਨੇ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ ਮਹਾਨ ਜਿਹੜੇ ਅਫੀਸ਼ੀਅਲ ਪੰਜਾਬ ਦੇ ਫੌਜੀ ਭੈਣੀ ਵਾਲਾ ਨਾਲ ਹੀ ਰੇਸ਼ਮ ਫੂਲੇ ਵਾਲਾ ਗੁਰਜੀਤ ਸਿੰਘ ਲੰਗਿਆਣਾ ਜਸਵੀਰ ਸਿੰਘ ਮਹਿਣੇ ਵਾਲਾ ਨਾਲ ਹੀ ਮੇਰੇ ਵੀਰੋ ਆਲਮ ਵਾਲੀਆ ਅਜਮੇਰ ਸਿੰਘ ਮਹਾਨ ਖਿਡਾਰੀ ਆਪਣੇ ਸਮੇਂ ਦਾ ਔਰ ਇਸ ਵੇਲੇ ਇਹ ਕਬੱਡੀ ਜਿਹੜੀ ਧੰਨਾ ਸ਼ਹੀਦ ਦੀ ਤਰਫੋਂ ਆਏ ਵਰੇ ਸਤੰਬਰ ਦੇ ਵਿੱਚ ਜਿਹੜਾ ਵੱਡਾ ਖੇਡ ਮੇਲਾ ਧੰਨਾ ਸ਼ਹੀਦ ਦੀ ਧਰਤੀ ਤੇ ਕਰਵਾਇਆ ਜਾਂਦਾ ਮੇਰੇ ਵੀਰੋ ਔਰ ਇਸ ਵੇਲੇ ਅੱਗੇ ਚਾਰ ਜਾਫੀ ਪਾਸਲੇ ਹੈਲੋ ਸਖਚੈਨ ਇਸ ਤੋਂ ਅਗਲੇ ਮੈਚਾਂ ਦੀਆਂ ਦੋਨੇ ਟੀਮਾਂ ਨੂੰ ਵੀਰੇ ਬੁਲਾਓ ਹੈਗੀਆਂ ਜੀ ਹੈਗੀਆਂ ਟੀਮਾਂ ਦੋਨੋਂ ਹੈਗੀਆਂ ਨੇ ਐਂਟਰੀ ਗੇਟ ਤੇ ਨੇ ਅਗਲੇ ਮੁਕਾਬਲਿਆਂ ਦੇ ਲਈ ਟੀਮਾਂ ਜਿਹੜੀਆਂ ਆਓ ਜੀ ਗਰਾਊਂਡ ਦੇ ਵੱਲ ਨੂੰ ਆ ਜਾਓ ਟੀਮਾਂ ਦੋਨੋਂ ਕੌਂਕੇ ਤੇ ਸ਼ਕੂਰ ਆਓ ਕਿਹਨਾਂ ਗਰਾਊਂਡਾਂ ਵੱਲ ਨੂੰ ਸਖਚੈਨ ਬਾਈ ਬਿੱਲੇ ਹੁਣਾਂ ਵੱਲੋਂ ਬੇਨਤੀ ਹੈ ਬਾਈ ਜਿਹੜੀਆਂ ਕਬੱਡੀ ਓਪਨ ਦੀਆਂ ਟੀਮਾਂ ਅਸੀਂ ਬੁੱਕ ਕੀਤੀਆਂ ਉਹ ਟੀਮਾਂ ਜਲਦੀ ਤੋਂ ਜਲਦੀ ਸਾਡੇ ਨਾਲ ਸੰਪਰਕ ਕਰੋ ਕਬੱਡੀ ਓਪਨ ਦੀਆਂ ਟਾਈਆਂ ਜਿਹੜੀਆਂ ਕੱਢਣ ਜਾ ਰਹੇ ਆ ਚੰਦ ਮੈਚਾਂ ਦੇ ਵਿੱਚ ਆਪਾਂ ਮੁਕਾਬਲੇ ਜਿਹੜੇ ਸਖਚੈਨ ਬੋਲਦੇ ਨੇ ਕਬੱਡੀ ਓਪਨ ਦੇ ਆਪਣੇ ਬਾਈ ਜੀ ਹੋਏ ਟਾਈਆਂ ਪਾ ਰਹੇ ਆ ਤੇ ਬਾਈ ਬਾਅਦ ਚ ਇਤਰਾਜ਼ ਨਾ ਕਰੋ ਵੀ ਸਾਡੀ ਟੀਮ ਸਕਰੈਚ ਹੋ ਗਈ ਜਿਹੜੀਆਂ ਟੀਮਾਂ ਬੁੱਕ ਕੀਤੀਆਂ ਜਲਦੀ ਸਾਡੇ ਨਾਲ ਐਂਟਰੀ ਕਾਊਂਟਰ ਤੇ ਸੰਪਰਕ ਕਰ ਲੈਣ ਖਿਡਾਰੀ ਬਾਈ ਜੀ ਅਗਲੇ ਜਿਹੜੀ ਮੈਚਾਂ ਦੀ ਲਿਸਟ ਆ ਉਹ ਫੋਜ ਦੀ ਕਰ ਦਿਓ ਅਗਲੇ ਮੈਚਾਂ ਦੀ ਲਿਸਟ ਜਿਹੜੀ ਆ
प्यार देना खिलाड़ी वीरो खेड़ पावना गुस्से नहीं गिले नहीं खेड़ पावना ना खेड़ो खिलाड़ी अंपायर का जिहड़ा फैसला अंतम मन्निया जाणा खिलाड़ी वीरो नोट करिया करो जिहड़ी अंपायरां दे नाल बहसबाजी ना करिया करो मेरे वीर सियाणे खिलाड़ी हो तन्ना शहीद दी तरफों इस वेले कबड्डी जिहड़ी पासले दे बेड़े दे विच पै गई नाल ही कौके ते शकूर वी आ जाओ मत्था टेक के एक पासे होके बैठ जाओ डिसिप्लिन दे नाल ਸੈਟਾਂ ਤੇ ਹੋ ਕੇ ਮੇਰੇ ਵੀਰ ਵਾਰਮ ਅਪ ਹੋ ਲਿਆ ਕਰੋ ਬਾਕਸ ਬਣੇ ਨੇ ਬਾਕਸਾਂ ਦੇ ਵਿੱਚ ਬਹਿ ਜਾ ਕਰੋ ਜਾਂ ਖੜ ਜਾ ਕਰੋ ਮੇਰੇ ਵੀਰ ਬੇਨਤੀ ਹੱਥ ਜੋੜ ਕੇ ਨਾਲ ਨਾਲ ਹੀ ਸਰਦਾਰ ਨਰਪੈ ਸਿੰਘ ਜੀ ਬਰਾੜ ਸਾਹਿਬ ਜਿਹੜਾ 3 ਲੱਖ ਰੁਪਏ ਦੇ ਵੱਡੇ ਸਹਿਯੋਗ ਇਸ ਖੇਡ ਮੇਲੇ ਦੇ ਲਈ ਮੇਰੇ ਵੀਰੋ ਜਿਹੜੇ ਨਰਪੈ ਸਿੰਘ ਜੀ ਬਰਾੜ ਹੋਣਾ ਦੇ ਲਖਵਿੰਦਰ ਸਿੰਘ ਜੀ ਬਰਾੜ ਹੋਣਾ ਦੇ ਜਿੱਦਾਂ ਮੈਂ ਅੱਗੇ ਦੱਸਿਆ ਵੀ ਮੇਰੇ ਵੀਰੋ ਕੈਲੀਫੋਰਨੀਆ ਸਟੇਟ ਦੇ ਮਡੇਰੇ ਸ਼ਹਿਰ ਦੇ ਵਿੱਚ ਫਾਰਮ ਹਾਊਸ ਤੇ ਕਹਿੰਦੇ ਵੀ ਤਾਜ ਮਹਿਲ ਵਰਗਾ ਜਿਹੜਾ ਘਰ ਆ ਸਾਡੇ ਇਹਨਾਂ ਵੀਰਾਂ ਦਾ ਬੜਾ ਹੀ ਸ਼ਾਨਦਾਰ ਘਰ ਜਿਹੜਾ ਫਾਰਮ ਦੇ ਉੱਪਰ ਸਾਡੇ ਵੀਰਾਂ ਦਾ ਮਡੇਰੇ ਸ਼ਹਿਰ ਦੇ ਵਿੱਚ ਕੈਲੀਫੋਰਨੀਆ ਦਾ ਬੜਾ ਹੀ ਜਿਹੜਾ ਵਧੀਆ ਸ਼ਹਿਰ ਆ ਦੇਖਣ ਯੋਗ ਸ਼ਹਿਰ ਮੇਰੇ ਵੀਰੋ ਮੰਡੇਰਾ ਉੱਥੇ ਸਾਡੇ ਵੀਰੇ ਨਰਪੈ ਸਿੰਘ ਜੀ ਬਰਾੜ ਸਾਹਿਬ ਹੁਣੀ ਰਹਿੰਦੇ ਨੇ ਫਾਰਮ ਦੇ ਉੱਪਰ ਬੜਾ ਜਿਹੜਾ ਆਲੀਸ਼ਾਨ ਘਰ ਬਣਾਇਆ ਹੋਇਆ ਸਾਡੇ ਵੀਰਾਂ ਦਾ ਕਹਿੰਦੇ ਵੀ ਤੂਤੀ ਜਿਹੜੀ ਬੋਲਦੀ ਆ ਮੇਰੇ ਵੀਰੋ ਅਮਰੀਕਾ ਦੇ ਵਿੱਚ ਵੀ ਸਾਡੇ ਵੀਰਾਂ ਦੀ ਤਾਨੀ ਸੱਜਣਾ ਦੀ ਲਿਸਟ ਦੇ ਵਿੱਚੋਂ ਔਰ ਇਸ ਵੇਲੇ ਇਹ ਕਬੱਡੀ ਤੰਨਾ ਸ਼ਹੀਦ ਦੀ ਤਰਫੋਂ ਪੈਂਦੀ ਆ ਵਾਹ ਨਹੀਂ ਰਿਸਾ ਮੁੰਡਾ ਐਨ ਸਕੰਜਾ ਟੈਟ ਕਰਦਾ ਪਰ ਪੁਆਇੰਟ ਦੇਖਦੇ ਆ ਜਿਹੜਾ ਇਹ ਜਸਵੀਰ ਸਿੰਘ ਮਹਿਣੇ ਵਾਲਾ ਇੱਕ ਪਾਸੇ ਜਾਫੀ ਮੇਰੇ ਵੀਰੋ ਇੱਕ ਪਾਸੇ ਧਾਵੀ ਬਸ਼ਰਮ ਵਾਲੀ ਗੱਲ ਹੁੰਦੀ ਆ ਮੇਰੇ ਵੀਰੋ ਚੋਰ ਬਸ਼ਰਮ ਹੈ ਆਪਣੀ ਕਹਾਣੀ ਜਿਹੜੀ ਆਪ ਰਚ ਜਾਂਦਾ ਔਰ ਜਿਹੜਾ ਇਹ 30 ਸੈਕਿੰਡ ਦੇ ਸਮੇਂ ਨੇ ਸਾਥ ਜਾਫੀਆਂ ਦਾ ਦਿੱਤਾ ਜਿਹੜੀ ਵੀ ਜੇਤੂ ਟੀਮ ਹੋਵੇਗੀ ਉਹ ਬਾਈ ਬਾਹਰ ਨਾ ਜਾਣ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿਉਂਕਿ ਅਗਲਾ ਜਿਹੜਾ ਤੰਨਾ ਸੌਰੀ ਕੌਂਕੇ ਤੇ ਸ਼ਕੂਰ ਦੇ ਵਿੱਚੋਂ ਜੇਤੂ ਟੀਮ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਵੇਗਾ ਇਹ ਪ੍ਰਬੰਧਕਾਂ ਦਾ ਫੈਸਲਾ ਵੀ ਬਾਹਰ ਨਾ ਜਾਵੇ ਜਿਹੜੀ ਵੀ ਜੇਤੂ ਟੀਮ ਹੋਵੇਗੀ बहुत ही सत्कारयोग माणयोग शख्सियत स्टेज के उत्ते आ रही ने साडी TSB यूथ स्पोर्ट्स क्लब के वालों बहुत बहुत धन्यवाद है जिन्हें भी माणयोग सत्कारयोग वीर साढ़े दरम्यान आ रहे हैं ਬਾਈ ਜੀ ਆ ਜਿਹੜਾ ਮੈਚ ਆ ਸੀ ਰਿਜ਼ਲਟ ਆ ਜਿਹੜਾ ਡਿਕਲੇਅਰ ਨਹੀਂ ਕਰ ਰਹੇ ਕਮੇਟੀ ਫੈਸਲਾ ਕਰੇਗੀ ਪਰ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਰਹਿਣ ਦੋਨੋਂ ਪਾਸਲਾ ਤੇ ਤੰਨਾ ਸ਼ਹੀਦ ਟੀਮਾਂ ਦੋਨੋਂ ਗਰਾਊਂਡ ਦੇ ਵਿੱਚ ਰਹਿਣ ਬਾਹਰ ਨਾ ਜਾਣ ਬਾਈ ਜਿਹੜਾ ਕੌਂਕੇ ਤੇ ਸ਼ਕੂਰ ਦੇ ਵਿੱਚੋਂ ਜੇਤੂ ਟੀਮ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਵੇਗਾ ਕੌਂਕੇ ਤੇ ਸ਼ਕੂਰ ਦੇ ਵਿੱਚੋਂ ਜਿਹੜੀ ਜੇਤੂ ਹੋਵੇਗੀ ਨਾਲ ਹੀ ਆਪਾਂ ਵਿਸ਼ੇਸ਼ ਤੌਰ ਤੇ ਸਚਿਆਨ ਆਪਣੇ ਵੀਰਾਂ ਦਾ ਕਲੱਬ ਵਾਲੇ ਮੁੰਡਿਆਂ ਦਾ ਧੰਨਵਾਦ ਕਰੀਏ ਸਰਦਾਰ ਨਰਪੈ ਸਿੰਘ ਜੀ ਬਰਾੜ ਸਾਹਿਬ ਚੇਅਰਮੈਨ ਨੇ ਕਲੱਬ ਦੇ TSB ਸਪੋਰਟਸ ਕਲੱਬ ਦੇ ਨੌਜਵਾਨ ਪ੍ਰਧਾਨ ਬਾਈ ਗੁਰਦੀਪ ਸਿੰਘ ਜੀ ਬਿੱਲਾ ਸੈਡਾ ਦੱਸਦੇ ਪਹਿਲੇ ਸਜਾਂ ਟੀਮਾਂ ਦੀਆਂ ਕੌਂਕੇ ਜਿਹੜਾ ਬਿੰਦਰ ਇਧਰ ਬਿਲਕੁਲ ਜਿਹੜਾ ਐਂਟਰੀ ਗੇਟ ਵਾਲੀ ਸਾਈਡ ਆ ਨੱਥੋ ਵਾਲੇ ਵਾਲੀ ਸਾਈਡ ਔਰ ਟੀਮ ਜਿਹੜਾ ਇਧਰ ਮਠਾੜੂ ਫਿਲਟਰ ਦਾ ਬੋਰਡ ਲੱਗਿਆ ਇਧਰ ਜਿਹੜੀ ਟੀਮ ਸ਼ਕੂਰ ਪਿੰਡ ਦੀ ਆ ਨੋਟ ਕਰ ਲਓ ਜੀ ਸ਼ਕੂਰ ਦੀ ਟੀਮ ਜਿਹੜੀ ਇਧਰ ਮਠਾੜੂ ਫਿਲਟਰਸ ਵਾਲੀ ਸਾਈਡ ਔਰ ਟੀਮ ਜਿਹੜੀ ਕੌਂਕੇ ਕਲਾਂ ਦੀ ਪ੍ਰਸਿੱਧ ਖਿਡਾਰੀਆਂ ਦਾ ਨਗਰ ਮੇਰੇ ਵੀਰੋ ਖਿਡਾਰੀਆਂ ਦੀ ਨਰਸਰੀ ਆਪਾਂ ਕਹਿ ਲਈਏ ਮਿਹਰਬਾਨੀ ਵੀਰੇ ਕਥਨੀ ਨਹੀਂ ਹੋਵੇਗੀ ਜਿੱਥੋਂ ਦੇ ਹਰਦੀਪ ਵਰਗੇ ਜੱਗੇ ਵਰਗੇ ਬਾਜ ਵਰਗੇ ਮੇਰੇ ਵੀਰੋ ਤਲਵਾਰ ਵਰਗਿਆਂ ਦਾ ਬਟਨ ਨੌ ਹੈ ਕਿ ਦਰਦ ਚੱਲਣੇ ਔਖੇ ਨੇ ਬੜੇ ਬਦਨਸੀਬੀ ਦੇ ਕਹਿੰਦਾ ਦੁਸ਼ਮਣ ਤੇ ਵੀ ਆ ਵੜਦਾ ਕਦੇ ਦਿਨ ਗਰੀਬੀ ਦੇ ਕਿ ਲੋਕੀ ਪੁੰਨ ਦਾਨਤਾ ਕਰਨ ਬੜੇ ਧਾਰਮਿਕ ਸਥਾਨਾਂ ਤੇ ਮਹਿੰਗੇ ਕੁੱਤੇ ਪਾਲਣ ਤਰਸਨਾ ਕਰਨ ਇਨਸਾਨਾਂ ਤੇ ਮਹਿੰਗੇ ਕੁੱਤੇ ਪਾਲਣ ਤਰਸਨਾ ਕਰਨ ਬੰਦ ਕਰ ਲਿਆ ਕਰ ਵੀਰੇ ਇੱਧਰ ਫੋਨ ਆ ਰਹੀ ਹਾਂ ਠੀਕ ਆ ਜੀ ਉਹ ਬਾਈ ਇਹ ਕਹਿਣਾ ਸਾਡੇ ਕੋਲ ਸਕਿਉਰਟੀ ਗਾਰਡ ਵਾਲਾ ਇੱਧਰ ਆਵੇ ਬਾਈ ਹੱਥ ਬੰਨ ਕੇ ਬੇਨਤੀ ਆ DS ਸਕਿਉਰਟੀ ਦਾ ਵੀ ਧੰਨਵਾਦ ਹੈ ਜਿਹੜੇ ਸਾਡੇ ਵੀਰ ਸਕਿਉਰਟੀ ਦੀਆਂ ਸੇਵਾਵਾਂ ਦੇ ਲਈ ਸਾਡੇ ਇੱਥੇ ਜਿਹੜਾ ਅਸੀਂ ਜਿਨ੍ਹਾਂ ਨੂੰ ਇਨਵਾਈਟ ਕੀਤਾ ਇਹਨਾਂ ਦਾ ਵੀ ਧੰਨਵਾਦ ਹੈ DS ਸਕਿਉਰਟੀ ਵਾਲੇ ਵੀਰਾਂ ਦਾ ਚੱਲ ਵੀ ਸ਼ਕੀਨਾ ਨਰਪਾ ਕਬੱਡੀ ਸਚਿਆਨ ਵੀਰੇ ਆਪਾਂ ਜਿਸ ਤਰ੍ਹਾਂ ਦੱਸ ਰਹੇ ਸੀ ਕਲੱਬ ਦੇ ਬਾਰੇ ਸਰਦਾਰ ਨਰਪੈ ਸਿੰਘ ਜੀ ਬਰਾੜ ਸਾਹਿਬ ਤੇ ਬਾਈ ਲਖਵਿੰਦਰ ਸਿੰਘ ਜੀ ਬਰਾੜ ਜੀ ਦੇ ਚੇਅਰਮੈਨ ਨੇ ਉੱਥੇ ਬਾਈ ਪ੍ਰਧਾਨ ਬਾਈ ਗੁਰਦੀਪ ਸਿੰਘ ਜੀ ਬਿੱਲਾ ਕਬੱਡੀ ਖਿਡਾਰੀ ਮੀਤ ਪ੍ਰਧਾਨ ਕਲੱਬ ਦੇ ਬਾਈ ਜਿੰਦਰ ਜੀ ਬਾਈ ਸ਼ਿੰਦਾ ਡੈਰੀ ਵਾਲਾ ਰਜੀਤ ਸਿੰਘ ਜੀ ਜੀਤਾ ਬਾਈ ਮਿੰਦੀ ਦੀਪ ਤਾਰੀ ਮਨਦੀਪ ਸੀਪਾ ਦਵਿੰਦਰ ਬਰਾੜ ਰਿੱਕੀ ਮੈਂਟੂ ਹਰਪ੍ਰੀਤ ਕਲਤਾਰ ਔਰ ਮੈਂਟਾ ਜਿਹੜਾ ਸਕੂਰਾਂ ਦੀ ਸੇਵਾ ਤਿੰਨਾਂ ਦਿਨਾਂ ਤੋਂ ਕਰ ਰਿਹਾ ਬਾਈ ਸਖਜੈਨ ਜੱਗਾ ਤੇ ਬਿੰਦਰ ਔਰ ਬਾਈ ਮੱਦੀ ਬਰਾੜ ਜੀ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਓਵਰ ਟੂ ਗਰਾਊਂਡ ਸਖਜੈਨ ਜੀ
ਕੌਂਕੇ ਕਲਾਂ ਵਾਲੇ ਧਾਵੀ ਦੀ ਮੇਰੇ ਵੀਰੋ ਇਸ ਵੇਲੇ ਪੈਂਦੀ ਹੋਈ ਕਬੱਡੀ ਪਰ ਰੇਸ਼ਮ ਨਹੀਂ ਮੰਨਦਾ ਫੂਲੇ ਵਾਲਿਆ ਕਿ ਦਰਦ ਚੱਲਣੇ ਔਖੇ ਨੇ ਬੜੇ ਬਦਨਸੀਬੀ ਦੇ ਦੁਸ਼ਮਣ ਤੇ ਲਾਉਣਾ ਕਦੇ ਦਿਨ ਗਰੀਬੀ ਦੇ ਕਿ ਲੋਕੀ ਪੁੰਨਦਾਨ ਤਾਂ ਕਰਨ ਬੜੇ ਧਾਰਮਿਕ ਸਥਾਨਾਂ ਤੇ ਮਹਿੰਗੇ ਕੁੱਤੇ ਪਾਲਣ ਤਰਸ ਨਾ ਕਰਨੇ ਨਿਸ਼ਾਨਾਂ ਤੇ ਕੰਬਲ ਰਜਾਈਆਂ ਡੇਰਿਆਂ ਤੇ ਪੁੰਨ ਕਰਦੇ ਵੇਖੇ ਮੈਂ ਆ ਜੋਧਿਆ ਨੰਗੇ ਪਿੰਡੇ ਬੱਚੇ ਠੰਡ ਵਿੱਚ ਥਰਦੇ ਵੇਖੇ ਮੈਂ ਸੱਚੀ ਜੋਧਿਆ ਨੰਗੇ ਪਿੰਡੇ ਬੱਚੇ ਠੰਡ ਵਿੱਚ ਥਰਦੇ ਵੇਖੇ ਮੈਂ ਔਰ ਇਸ ਵੇਲੇ ਜਿਹੜੀ ਮੇਰੇ ਵੀਰੋ ਕੌਂਕਿਆਂ ਦੇ ਨੌਜਵਾਨ ਧਾਵੀ ਦੀ ਆ ਜਿੱਥੋਂ ਦੇ ਬਾਜ ਵਰਗੇ ਮੇਰੇ ਵੀਰੋ ਤਲਵਾਰ ਜਿਹੜਾ ਸਾਡੇ ਕੋਲ ਹਰਜੀਤ ਬਰਾੜ ਦੇ ਨਾਲ ਸਦਾ ਲਈ ਵਿਛੜ ਗਏ ਔਰ ਜਿੱਥੋਂ ਦੇ ਜੱਗੇ ਵਰਗੇ ਹਰਦੀਪ ਵਰਗੇ ਮਹਾਨ ਖਿਡਾਰੀਆਂ ਦਾ ਬੋਰਾ ਵਾਲੇ ਆਖਦੇ ਨੇ ਉਹ ਸਰੋਪੇ ਦੇਣਗੇ ਉਹਨਾਂ ਖਿਡਾਰੀਆਂ ਨੂੰ ਜਿੰਨੇ ਵੀ ਕੇਸਾਧਾਰੀ ਖਿਡਾਰੀ ਔਰ ਬੱਚੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਉਹਨਾਂ ਦਾ ਅਵਤਾਰ ਸਿੰਘ ਦੀ ਔਲਖ ਪਿੰਡ ਵਾਲੇ ਬੋਰਾ ਵਾਲੇ ਜਿਹੜਾ ਵਿਸ਼ੇਸ਼ ਸਨਮਾਨ ਕਰਨਗੇ ਰੋਡਿਆਂ ਦੀ ਧਰਤੀ ਤੇ ਓਵਰ ਟੂ ਗਰਾਊਂਡ ਜੀ ਵਾਹ ਐਨ ਹੰਦਿਆਂ ਦੇ ਨੇੜੇ ਆ ਕੇ ਟੱਕਰ ਆ ਔਰ ਫੌਜੀ ਭੈਣੀ ਪਿੰਡ ਵਾਲਾ ਮੇਰੇ ਵੀਰੋ ਫੈਸਲੇ ਕਰਦਾ ਕਿ ਪੁਆਇੰਟ ਜਿਹੜਾ ਤਾਵੀ ਦਾ ਕਿ ਇੱਕ ਬੱਗਿਆਂ ਦਾ ਮੰਗੀ ਕਹਿੰਦੇ ਦੁੱਲਾ ਸੁਖਵੀਰ ਬਿੱਟੂ ਹੈਦਗਾਲ ਦਾ ਮੰਗਾਪੁਰ ਮੰਗਾ ਕਹਿੰਦੇ ਮਿੱਠਾਪੁਰ ਕਹਿੰਦੇ ਖੁਸ਼ੀ ਗੁਲਜ਼ਾਰੀ ਸੁੱਕਾ ਹੈ ਭੰਡਾਲ ਦਾ ਘੋਲੀਏ ਵਾਲਿਆ ਪਿੰਦਰਾ ਇਹ ਰਹਿੰਦੇ ਨੱਚਦੇ ਕਿ ਐਵੇਂ ਨਹੀਂ ਉਹ ਜਾਗੇ ਉੱਤੇ ਮਿੱਤਰਾਂ ਦਾ ਨਾਂ ਖੇਡਣਾ ਕਬੱਡੀ ਅਸੀਂ ਸ਼ੌਂਕ ਰੱਖਦੇ ਐਵੇਂ ਨਹੀਂ ਉਹ ਜਾਗੇ ਉੱਤੇ ਮਿੱਤਰਾਂ ਦਾ ਨਾਂ ਘੁਗਰਾਲੇ ਵਾਲ ਨੇ ਮੇਰੇ ਵੀਰੋ ਜਾਫੀ ਦੇ ਔਰ ਟੱਕਰ ਜਿਹੜੀ ਬਰਾਬਰ ਦੀ ਆ ਦੋਨਾਂ ਖਿਡਾਰੀਆਂ ਦੇ ਦਰਮਿਆਨ ਕੱਦ ਕਾਠ ਜਿਹੜੇ ਇੱਕੋ ਜਿਹੇ ਨੇ ਪਰ ਜਿਹੜੀ ਮਿਹਨਤ ਵੱਖੋ ਵੱਖ ਹੈ ਜਿਹੜੀ ਕਿਸਮਤ ਜਿਹੜੀ ਇਹਨਾਂ ਖਿਡਾਰੀਆਂ ਦੀ ਸਪੇਅਰ ਖਿਡਾਰੀ ਥੱਲੇ ਬੈਠ ਜਾਓ ਖਿਡਾਰੀ ਵੀਰੋ ਦਰਸ਼ਕਾਂ ਦੀ ਵਾਰ ਵਾਰ ਮੰਗ ਆ ਰਹੀ ਆ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਦਰਸ਼ਕ ਆਪਣੇ ਵਿਚਕਾਰ ਆਏ ਨੇ ਉੱਥੇ ਹੀ ਇੱਕ ਮਿੰਟ ਹਾਂਜੀ ਦੀਪ ਕਰੀਏ ਸ਼ੁਰੂ ਜੀ ਪਾਸਲਾ ਤੇ ਧੰਨਾ ਸ਼ਹੀਦੀਆਂ ਸਾਡੇ ਦਰਮਿਆਨ ਇੱਥੇ ਹਾਜ਼ਰ ਰਹਿਣ ਪਾਸਲਾ ਤੇ ਧੰਨਾ ਸ਼ਹੀਦ ਇਸ ਵੇਲੇ ਕਬੱਡੀ ਮੇਰੇ ਵੀਰੋ ਨੌਜਵਾਨ ਧਾਵੀ ਕੌਂਕਿਆਂ ਦੇ ਵਿਹੜੇ ਦੇ ਵਿੱਚ ਪਾਈ ਹੋਈ ਸ਼ਕੂਰ ਦੇ ਇਸ ਨੌਜਵਾਨ ਖਿਡਾਰੀ ਦੀ ਜਿੱਥੇ ਆਏ ਵਾਰੇ ਸ਼ਕੂਰ ਦੇ ਵੀ ਜਿਹੜੇ ਖਿਡਾਰੀ ਪ੍ਰਸਿੱਧ ਨੇ ਮੇਰੇ ਵੀਰੋ ਜਿੱਥੇ ਆਏ ਵਾਰੇ ਬੜਾ ਵਧੀਆ ਖੇਡ ਮੇਲਾ ਸਤੰਬਰ ਦੇ ਮਹੀਨੇ ਦੇ ਵਿੱਚ ਸਾਡੇ ਵੀਰ ਕਰਾਉਂਦੇ ਨੇ ਹਾਂਜੀ ਆਪਣਾ ਵੀਰ ਬਾਈ ਗੁਰਜੀਤ ਸਿੰਘ ਜੀ ਵੀ ਆਪਣੇ ਸਾਥੀਆਂ ਨਾਲ ਪਹੁੰਚੇ ਹੋਏ ਨੇ ਦੱਸੋ ਜੀ ਜੇਤੂ ਕਿਹੜੀ ਹੈ ਬਰਾੜ ਸਾਹਿਬ ਸ਼ਕੂਰ ਜੇਤੂ ਆ ਵੀਰੇ ਨੋਟ ਕਰੋ ਸ਼ਕੂਰ ਜਿਹੜਾ ਉਸ ਤੋਂ ਪਹਿਲਾਂ ਤੁਸੀਂ ਮੁਕਾਬਲਾ ਤੱਕਿਆ ਜੀ ਪਾਸਲਾ ਤੇ ਧੰਨਾ ਸ਼ਹੀਦ ਆ ਉਹਦਾ ਰਿਜ਼ਲਟ ਡਿਕਲੇਅਰ ਕਰੋ ਤਾਂ ਕਿ ਜਿਹੜਾ ਆਪਾਂ ਇਹਨਾਂ ਦਾ ਮੁਕਾਬਲਾ ਫਿਰ ਸ਼ਕੂਰ ਨਾਲ ਕਰਵਾ ਸਕੀਏ ਸ਼ਕੂਰ ਦੀ ਟੀਮ ਵੀ ਜਿਹੜੀ ਗਰਾਊਂਡ ਦੇ ਵਿੱਚ ਹੀ ਰਹੇ ਸ਼ਕੂਰ ਦੀ ਟੀਮ ਬਿਲਕੁਲ ਜਿਹੜਾ ਗਰਾਊਂਡ ਦੇ ਵਿੱਚ ਹੀ ਰਹਿਣ ਖਿਡਾਰੀ ਵੀਰਾਂ ਨੂੰ ਇਹਨਾਂ ਨੂੰ ਵੀ ਬੇਨਤੀ ਹੈ ਸੋ ਨਾਲ ਹੀ ਜਿੰਨੇ ਵੀ ਸਾਡੇ ਸਾਥੀ ਕਮੈਂਟੇਟਰ ਸਾਹਿਬਾਨ ਪੁੱਜੇ ਨੇ ਜਸਵਿੰਦਰ ਆਸਾ ਬੁੱਟਰ ਜੀ ਨਾਲ ਹੀ ਹਰਦੀਪ ਮੇਰੇ ਵੀਰੋ ਕੋਕਰੀ ਵਾਲਾ ਨਾਲ ਬਿੰਦਰ ਮਿਸ਼ਰੀ ਵਾਲਾ ਜੀ ਔਰ ਜਿੰਨੇ ਵੀ ਸਾਡੇ ਹੋਰ ਸਾਥੀ ਬੁਲਾਰੇ ਵੀਰ ਪੁੱਜੇ ਨੇ ਸਾਰੇ ਹੀ ਵੀਰਾਂ ਨੂੰ ਅਸੀਂ ਜੀਓ ਐ ਕਹਿੰਦੇ ਹਾਂ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ ਔਰ ਸਮੁੱਚੇ ਕਲੱਬ ਵੱਲੋਂ ਨਾਲ ਹੀ ਇੱਧਰ ਸਾਡਾ ਇੱਕ ਵੀਰ ਅੰਤਰਰਾਸ਼ਟਰੀ ਖਿਡਾਰੀਆਂ ਦਾ ਜਿਹੜਾ ਕੈਲੰਡਰ ਲੈ ਕੇ ਪੁੱਜਿਆ 30 ਰੁਪਏ ਰੇਟ ਹੈ ਮੇਰੇ ਵੀਰੋ ਕੈਲੰਡਰ ਦਾ ਜਿਹੜੇ ਵੀ ਵੀਰ ਨੂੰ ਲੋੜ ਹੋਵੇ ਇਹਨਾਂ ਅੰਤਰਰਾਸ਼ਟਰੀ ਖਿਡਾਰੀਆਂ ਦੇ ਕੈਲੰਡਰ ਦੀ ਉਹ ਜਿਹੜਾ ਇਹ ਕੈਲੰਡਰ ਲੈ ਸਕਦਾ ਨਾਲ ਹੀ ਪਿੰਦਰ ਮਿਸ਼ਰੀ ਵਾਲਾ ਜੀ ਗਰਾਊਂਡ 'ਚ ਆਓ ਜੀ
ਸ਼ਕੂਰ ਤੇ ਪਾਸਲਾ ਆਓ ਕਿਹੜਾ ਸੈਂਟਰ ਲਾਈਨ ਤੇ ਆ ਜਾਓ ਭਾਈ ਸ਼ਕੂਰ ਤੇ ਪਾਸਲਾ ਜਿਹੜਾ ਸਾਡੇ ਪ੍ਰਬੰਧਕਾਂ ਨੇ ਇਹ ਡਿਕਲੇਅਰ ਕੀਤਾ ਕਿ ਉਧਰੋਂ ਜਿਹੜੀ ਪਾਸਲੇ ਦੀ ਟੀਮ ਜੇਤੂ ਆ ਨਾਲ ਸ਼ਕੂਰ ਹਾਂਜੀ ਭਾਈ ਬਿੱਲੇ ਇੱਕ ਮਿੰਟ ਇੱਥੇ ਆਈ ਮੜਾ ਜਾ बिंदर मिश्री वाला भाई ग्राउंड च आवे बिंदर मिश्री वाला शकूर आओ कहना भाई शकूर नाल ही जिन्हिया भी मान योग सत्कार योग शख्सियत स्टेज ते विराजमान ने असि सारियां इत्थे पुजण ते जीओ आ आखदे आ समुचे टीएसबी क्लब वालों जिहड़ियां भी मान योग शख्सियत अपने समय दे विचों समा कढ के साडे स्केट मेले की रौनक नूं वधाउण लई इत्थे पुजे ने और सारियां मान योग शख्सियत एंट्री काउंटर वाले वीरां दा धन्नवाद दर्शक वीरां दा धन्नवाद टूरनामेंट प्रबंधक कमेटी दा धन्नवाद फ्रेंड स्टूडियो दा पंजाब लाइव वन डॉट कॉम दा धन्नवाद नाल ही मेरे वीरो जिन्हें भी रब रूपी दर्शक वीर पुजे ने मठाड़ू बिल्डर्स का भी धन्यवाद सारे ही रब रूपी वीर का बहुत बहुत धन्यवाद बिंदर मिश्री वाला जी दलबाग गजन वाला साडा वीर साथी कमेंटेटर दलबाग गजन वाला जिथे भी हो ग्राउंड च आ जा वीर दलवा गजन वाला ग्राउंड जाओ जी आ जा भी हरदीप कोकरी आओ जी दोनों टीमों के जेडे खिलाड़ी साडे दरम्यान हाजिर ने मुकाबला जेडा तुहाडे रूबरू करन जा रहे हैं मेरे वीरो पासला ते शकूर दीआं टीमां दे दरमियान माइक ते जिहड़ी गल आ हरदीप हैलो वाहेगुरु जी का खालसा श्री वाहेगुरु जी की फतेह पासला ते शकूर पिंड दीआं टीमां दे दरमियान जिहड़ा चलदा आ मैच अज 4 जनवरी 2013 दा शुभ दिहाड़ा तीजे साल का जिहड़ा अंतिम दिन तीजा दिन आ चलदा है रोडे पिंड पूरी दुनिया दे विच मशहूर मेरे वीरो लाओ सामने बढ़ के नौजवान गभरू शकूर की तरफों कबड्डी कबड्डी करता होया समुचे साडे दानी सज्जन भरावां दा धन्नवाद समुचे क्लब दा धन्नवाद अजमेर आलम वाला जी ग्राउंड च पुजे हन लाओ सामने पिंडर पिंड दा हरजोत अज शकूर दा पुत बन के खेडदा है बद के पई हुई कबड्डी के पिंडरा पिंड दा बंता भी जद कौडी पाउंदा सी मान सी बड़ा जवानी दा लत आ फड़ाउंदा सी बिल्ला ते शीरा भी रेडर बेस्ट कहाए ने गुट फड़ जाफी कहले ने भी बहुत कमाए ने लंघियाणियां जोधा लिखे नचोड़ कबड्डी दे ए अणमुल्ले हीरे बाबे बोड़ कबड्डी दे होल्ड होल्ड अगले जेडे मैच अनाउंस कर दिओ जी काले के वारसे दवाना ड्रोली पाई वारसे साहो के अगले मैच है काले के वारसे दवाना ड्रोली पाई वारसे जो साहो के हाँ जी अजमेर आलम वाला जी वीर ग्राउंड पहुंचे हैं लाओ सामने पैंदी एक बड़ी अगले जेडे मैच अनाउंस कर दिओ जी टेक्निकल स्टेज तो काले के ते दीवाना ये टीमां जिहड़ियां जल्दी नाल ग्राउंड पहुंचे हैं काले के वर्सी दीवाने पिंड दीआं टीमां जल्दी नाल ग्राउंड पहुंचे हैं अगला मैच है ट्रोली भाई के ते साहो के दोनों नोट कर लो काले के ते दीवाना ट्रोली भाई ते साहो के ये टीमां जिहड़ियां आपां अपने मैचां दे मुताबक पुजदियां जाण जिथे सरदार नरपैर सिंह जी बराड़ साहब बड़े सहयोग उन्हां सज्जणां दे लखविंदर सिंह जी बराड़ कनेडा सारे दानी सज्जणां दा समें समें सिर जिक्र करदे जावांगे जिन्नियां भी कारवाइयां होणगियां दर्शक वीरां नाल सांझियां होणगियां
आज जेड़े वधिया कबड्डी के खिडारी पुजणगे लाओ सामने शकूर की तरफों नौजवान गभरू पिंड पिंड का हरजोत कबड्डी कबड्डी करता होया रोडे पिंड पूरी दुनिया के मशहूर मेरे वीरियो बीवी सदी के महान जरनैल संत जरनैल सिंह जी पिंडरांवाल की जन्मभूमि अज देखते भी तीजे साल का जेड़ा तीजा दिन चलता होया खेड मैदान दे विच काले के ते दीवाने पिंड दी टीमां जल्दी नाल ग्राउंड दे लागे पुजियां नाल ही मेरी बेनती है इन्हां टीमां नूं खिडारी जेड़े स्टेज दे लागे पुजियां ग्राउंड दे लागे पुजियां काले के ते दीवाने लाओ नौजवान गभरू पॉइंट लैके वापस वधदा होया अगली कबड्डी पाउण दे लई फिर देखदा वी नौजवान गभरू शकूर वाला वधदा होया जिथे साडे सरदार नरपैर सिंह जी बराड़ साहब और लखविंदर सिंह जी बराड़ साहब दोनों वीरां दे इन्हां दे इन्हां वीरां दे परिवार दे जिहड़े वड्डे सहयोग ने मेरे वीर इस टूरनामेंट नूं करवाउण दे लई अज देखदे वी समुची टीएसवी क्लब रोडे पुज्जे सारे रब वर्गे दर्शक वीरां नूं जीआं आ रही है पुज्जे सारे रब वर्गे खिडारी वीरां नूं जीआं आख्या जा रहा है लाओ सामने चार जाफी देखदे वी शकूर पिंड दे किहड़ा गभरू जफा लावेगा कौन नौजवान डक पावेगा चार वीरां दी घूमदी कतार देखदे भी कल्ली कल्ली कबड्डी जा रही है punjablive1.com दे जरिए पूरी दुनिया दे विच और गब्बर सां डुमरीआणे दी बुलंद आवाज जा रही है मेरे वीरियो अज हर एक घर दे विच जिन्ने भी साडे एनआरए वीर जिन्ने भी साडे खेड प्रमोटर वीर इंटरनेट दे जरिए इन्हां मैचां दा लाइव आनंद माण रहे ने सारे भरावां दा धन्नवाद है लाओ सामने हरजोत पिंडर पिंड दा अज शकूर वाले ने उधारा लै लिया पई हुई कबड्डी ते फौजी भैणी वाला रेशम सिंह जी फूले वाला बिल्ला गालब जी नाल मेरे वीर जिन्ने भी साडे ऑफिशियल वीर पुजे ने देव दयालपुरा सारे भरावां दा धन्नवाद है दीवाने वर्सी काले के ड्रोली पाई ते साहो के ये टीमां जिहड़ियां आप अपने मैचों के मुताबिक ग्राउंड के लागे पुजे काले के ते दीवाने बार बार बेनती है खिडारी जेडे जल्दी दे नाल ग्राउंड पुजे लाओ सामने फिर हरजोत कबड्डी कबड्डी करता होया देखी घूम के मैं भावे सारी दुनिया रोटी मिली नहीं पंजाब दे तंदूर वर्गी लक मारनी है जुत्तियां अनेक ने बनाउंदे कदे कड्डी जुत्ती मिली नहीं कसूर वर्गी जाफी खेडदे अनेका ही पंजाब विच देखे जाफ देखी नहीं हो एक महठूर वर्गी बहुत बैठे प्रमोटर विदेशों में जाके गल बनी नहीं हो जलंधर सिंह सिद्धू ते मेजर भलूर वर्गी लंघियाणियां बेअंत तू भी लिखदा होवेगा ते कलम लभणी नहीं राजू दद्दाहूर वर्गी ला सामने वध के देखदा वी पासले वाला नौजवान गभरू कबड्डी कबड्डी करदा होया पई हुई कबड्डी ते फूले वाले पिंड दे रेशम दी फिसल दा इशारा हो चुका है पॉइंट ऐसा तो रेडर दे हिस्से है कि माड़ा खेड के हर कोई होता तकड़ा सिद्धा तकड़ा नहीं कोई जमदा रातों रात जेड़ा बण नूं फिरे स्टार ओ बंदा नहीं रहिंदा किसे काम दा लीला वाला मोड़ा गल्ला सच लिखदा हौली हौली बंदा पौड़ी चढ़नी सिखदा हैलो वीरो पासला दी टीम बिल्कुल सही है ओते कोई इतराज नहीं गा पासला दी टीम ते इतराज दे जिहड़े फैसले कर दिते ने साडे प्रबंधक वीरां ने साडे भाई रणजीत सिंह जी जीता और बिले होनी साडे वीर नरपैर सिंह जी बराड़ साहब होनी समुची क्लब वड्डियां जिम्मेवारियां इन्हां भरावां दीआं लाओ देखदे वी पासले वाले गभरू दी पई हुई कबड्डी ते पॉइंट ऐसा तो रेडर दे हिस्से है पॉइंट ऐसा तो रेडर ने अपनी टीम दे हिस्से जोड़ दिता है अगली कबड्डी पाउण दे लई फिर शकूर दी तरफों नौजवान गभरू वधदा होया काले के ते दीवाने पिंड दीआं टीमां आ जाण काले के ते दीवाने नाल ही मेरी बेनती ड्रोली पाई ते साहो के नू ए भी टीम जिहड़ी तैयार पुर तैयार रहन लाओ सामने पई हुई कबड्डी ते मुंडा फिर पॉइंट लैके भज्जा जांदा है कि तूड़ा पट्टी जांदे ने जिन्हां ने दुध माड़ा दा पीता लोको फड़ने सौखे नी धावी लखा दुल्ला ते कुल जीता तूड़ा पट्टी जांदे ने जिन्हां ने दुध मावां दा पीता लाओ देखदे भी साडे दानी भरावां दी जिथे वड्डी देण कबड्डी नू खेड प्रमोटरां दी वड्डी देण मेरे वीरे पंजाब सरकार दी वड्डी देण है लाओ सामने पई हुई कबड्डी खेड मैदान दे विच के शीशे मूरे हिक नू हरेक तण दा दारा सिंह घर च हरेक बणदा ग्राउंड विच पैंदा जदों वाह जोदिया ते लैंदे ने बगाने पुत ढा जोदिया चाहीदी फलाज जई हड्डी लंघियाणियां फिर खेडी जांदी है कबड्डी लंघियाणियां मैच समाप्त ते इस मैच दे विचों पासले दी टीम जेतू नोट कर लो बिल्ले वीर पासला जेतू है ठीक है जी काले के ते दीवाने आओ जी हेलो हां जी मनदीप बहुत ही सत्कार दे योग अपने वीर स्टेज ते पहुंच रहे ने सारे पतवंत ते सजना दा बहुत बहुत धन्यवाद गब्बर गब्बर साउंड बाई जी साउंड ते संपर्क करन हेलो हेलो
मैच समाप्त हो गया जी, पासले की टीम जित चुकी है, नोट कर लो मेरे वीर। दीवाने ते काले के आओ जी, दीवाने वर्सी काले के दोनों टीम जिहड़ियां अगले मैच लई सेंटर लाइन दे उपर आ जाण, किन्ने वस के विदेशों विच जा के पंजाबी उन्होंने मुल्कों के साड़ी टौर है नवाबी, कुछ मालवे के कई गए माझे भावे ज्यादातर लोग उत्थे गए ने दवाबी, लंघियाणियां बेअंत गल्लां सच दसदा रहे रंगला पंजाब चार जुग वसदा। साडे बहुत ही बेनती है साइड ते हो के गलबात करो, काले के दीवाने पिंड दीआं टीमां दे दरम्यान जिहड़ा मैच शुरू होण जा रहा है, कोई किसी का इतराज नहीं मन्या जाणा गा, तुहाडी मर्जी है खेल लो चाहे ना खेल लो। साडे टीएसबी क्लब रोडे दे चेयरमैन साहब सरदार नरपै सिंह जी बराड़ साहब वो बोलों तो खुश होकर बड़े माण दिंदे ने, बहुत बहुत धन्यवाद इन सज्जणां दे, और क्लब नूं भी बड़े सहयोग ने मेरे वीर अपनी दसां नौ दी किरत कमाई दे विचों बड़े जिहड़े सहयोग ने, आप मूहरे लग के जिहड़े टूरनामेंट करवाउंदे ने आए साल सरदार नरपै सिंह जी बराड़ साहब बड़े माण दे रहे ने, बोलों तो खुश होकर काले के ते दीवाने आओ जी, दीवानियां दी टीम आ गई है, काले क्या दी टीम दा इंतजार हो रहा है, काले क्या दी टीम नूं सिर्फ एक मिनट है, एक मिनट का समा होगा काले के पिंड की टीम नू, नाल ही ड्रोली भाई दे साहो के भी तैयार पुर तैयार रहन, काले के ते मेरी बेनती है दीवाने नू, दीवाने की टीम आ गई है, काले क्या दी टीम दे खिडारी जिहड़े जल्दी तो जल्दी एक मिनट दे विच विच ग्राउंड पुजन, हौली हौली दर्शक वीर पुजते जा रहे ने, साडे स्टूडियो वाले वीरां दा धन्नवाद, पंजाब लाइव वाले वीरां दा धन्नवाद, गब्बर सिंह डोमरीआं दा धन्नवाद, धालीवाल टेंट हाउस वाले मठाड़ू बिल्डर्स वाले सारे वीरां दा मेरे वीर सारे भरावां दा तहे दिलों धन्नवाद है। काले क्या दी टीम पहुंचो जी जल्दी तो जल्दी, काले के पिंड दी टीम जल्दी नाल ग्राउंड दे विच आ जावे, दीवानियां दी टीम ग्राउंड पुजी हुई है, काले के नाली ड्रोली भाई ते साहो के टीमां भी जिहड़ियां तैयार रहन। भाई जी जिहड़े चाह पीण वास्ते कप बाहर लै आल जाके कणका च सिटी जांदे उहनां दी गल माड़ी आ, बाहर ना ले जाण चाह उत्थे ही पी लैण। प्रताप इत्थे आ, इत्थे काले क्या दी टीम आओ जी जल्दी तो जल्दी, काले के काले क्या दी टीम पहुंचो जी जल्दी नाल ग्राउंड दे विच, काले क्या दी टीम नाल ही मेरी बेनती ड्रोली भाई ते साहो के नू, ड्रोली भाई ते साहो के हेलो हेलो नाली दीप अपने गब्बर साउंड सर्विस वालों का बहुत बहुत धन्यवाद जिन्होंने मिठी ते प्यारी आवाज दी है मैदान नूं, साडे अंकल जी हुणे भी पहुंच गए ने मेन ऑपरेटर ने जिहड़े साउंड दे, दीबरे कड्डो टाइया ओपन दे मैचां दे लई वी टीमां नूं बुलाओ जी, भाई जी जिहड़ा खिडारी नूं कमेटी ने फैसला करता सिर मत्थे आपां नूं मनना पैना, जिहड़ा भाई फैसला लै लिया टाला, तो खिडारी वीरां नूं बेनती है भाई जिस तरह मैच मनदीप टीमां बुलाओ वीरे, हेलो होर कर होर होर हेलो हेलो होर कर हेलो हेलो हां हेलो 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 काले के ते दीवाने पिंड दीआं टीमां दे दरमियान इत्थे रहण दे, काले के ते दीवानियां दीआं टीमां दे दरमियान जिहड़ा अगला मैच शुरू होण जा रहा है अज दा इस तीजे साल दा तीजा दिन मेरे दर्शक वीरियो, जिले मोगे की धरती रोडे पिंड पूरी दुनिया के मशहूर है,
इज्जत अणख ते धर्म दी जद कोई गल सुना जांदा तीर वाला एक बाबा अखा मूहरे आ जांदा सूरज चमकदा वेख्या मौसम विच सलाबे दे असी फैन हाँ यारो पिंडरा वाले बाबे दे बीवी सदी दे महान जरनैल दमदमी टकसाल दे चौदवें मुखी संत बाबा जरनैल सिंह जी पिंडरा वाले की जन्म भूमि है अज रोडे पिंड पूरी दुनिया दे विच मशहूर मेरे वीरियो आर समुची टीएसवी क्लब रोडे जी आया आख रही है पुजे सारे रब वर्गे दर्शक वीर आज जिथे सरदार अवतार सिंह जी औलख बोरिंग कंपनी वाले वो कह रहे हैं भी जिन्हें भी केसाधारी खिडारी खेड के जाते हैं उन्होंने मान सम्मान किए जाने इन्होंने सज्जनों वालों सरदार अवतार सिंह जी औलख इन्होंने वीर वालों केसाधारी खिडारियों के जेडे मान सम्मान किए जा रहे हैं जेडे भी केसाधारी प्लेयर खेड रहे हैं इन्ह सज्जनों का भी धन्यवाद आओ काले के दीवाने दोनों टीम सेंटर लाइन ते आउण जी मारो जी बिसल अजमेर आलमवाला जी टीम जिहड़ियां सेंटर लाइन दे उपर आ जाण काले के वर्षी दीवाने डोली भाई ते साहो के काले के ते दीवाने पिंड दीआं टीमां दे दरम्यान जिहड़ा मैच शुरू होण जा रहा है दर्शक वीर नोट कर लैण जिहड़ी टीम दीवानियां दी है पिंड वाले पासे कह लईए स्टेज ते सज्जे हथ दीवाने पिंड दी टीम ते नत्थू वाले वाली सह टीम आ गई है काले के पिंड दी डोली भाई ते साहो के अगले मैच लई तैयार हो तैयार रहण हां जी आ भाई पासले वाले जिहड़े खेड के गए है 70 किलो वाले सानू सारे खिडारी आ गए सानू स्टेज ते मिलण हेलो बड़ी खुशी दी गल है मनदीप कोकरी सरदार नेक सिंह जी जिन्हों का पिंड जद्दी लंडे के आर जरा चौथा कबड्डी कप होगा रोडा की धरती तो पहला नाम जरा 51,000 रुपए जिन्ना भी क्लब वाले रखे सरदार नेक सिंह जी लंडे के उन्होंने परिवार के वालों दिता जाएगा ताड़ी मार दिया दर्शक वीरो ताड़ियां मार दो एक बार साढ़े दानी सजना बहुत बहुत धन्यवाद भाई हरनेक सिंह जी थोड़ा जो एडा मान ते सन्मान साडे टीएसबी क्लब रोडिया का करते हो शुक्रिया जी मेहरबानी परमात्मा थोनू चढ़ती कला दे विच रखे लाओ मैच जिहड़ा शुरू होने जा रहा है इस वक्त देखदा भी काले कम वाला नौजवान गभरू कबड्डी पाउण दे लई करदा होया तैयारी चार जाफी ने दीवाने पिंड दे आलम वाले दी धरती दे अजमेर ने विसल मारनी इस पॉइंट दी नाल फूले वाले पिंड दा रेशम मेरे वीरो भैणी भाई इहदा फौजी है लाओ देखदे भी वध के काले कम वाले गभरू ने कबड्डी पा दित्ती है कि बाजे खाने वाले नूं नहीं कौण यार उह जाणदा चैना ते लोपो वाला गग्गी जी दे हाण दा गालब दा मंदर ते काला गुलजार भई कौंकियां दे बाज दा भरा तलवार भई बहलीए जीता मौड़ यार गूढ़े दास दे जोधिया सुनहरी पन्ने कौडी इतिहास दे जोधिया सुनहरी पन्ने कौडी इतिहास दे जिथे कबड्डी जग दे सुनहरी पन्नियां दी गल करांगे मनदीप पासला दी टीम नूं बेनती करदे वी उह आके साडे नाल स्टेज ते मिलन खिडारी पासला दी टीम दे प्लेयर अद्धा सकेंडा पासला दी टीम दे खिडारी साडे नाल स्टेज ते संपर्क करन ओवर टू ग्राउंड जी पासले दी टीम दे खिडारी जिहड़े स्टेज दे उपर संपर्क कर लैण चल भी नौजवान काले के वाले पा कबड्डी लागली कबड्डी पाउण दे लई फिर नौजवान गभरू वाधा होया कि नशा शौक नाल करिया बणे आदी हौली हौली हड्डां विच बह जांदा शरीर नूं वट पैंदे ते कम करन जोगा ना रह जांदा रिश्तेदार ते यार मूंह मोड़ लैंदे मूंह करदियां दे बंदा लह जांदा इक दिन जे थाने विच जाए फड़िया ते चोरी डाकियां दा पुस पै जांदा लंघियाणियां जोधिया कहण मापे पुत जमदा ही इहो जिहा मर जांदा कुड़ी हुंदा तां विआह के तोर दिंदे ना जमदा ते तां वी सर जांदा ना जमदा ते तां वी सर जांदा लै हल्का जिहा टच ते अजमेर आलम वाली आ अपने समय दा हीरा कबड्डी दा खिडारी करदा होया फैसला पॉइंट रेडर दे हिस्से है अगली कबड्डी सुखी भगते दी धरती दा वाधा होया पाउण दे लई जिथे केसाधारी खिडारियां दे वड्डे माण कीते जा रहे ने साडे अवतार सिंह जी औलख साहब उहनां वल्लों जिथे साडे वीर लखविंदर सिंह जी कनेडा वाले साडे भाई मेरे वीर नरपैर सिंह जी बराड़ साहब उहनां दे सारे परिवारां दे वड्डे सहयोग ने अपनी दसां नदी किरत कमाई दे विच जिथे वड्डे क्लब नूं सहयोग दे रहे ने वड्डे जिहड़े आए साल दी तरह कबड्डी दा टूरनामेंट करवाउंदे ने तीजे साल दा तीजा दिन चलदा होया रोडियां दी धरती जिले मोगे दा मशहूर पिंड है लाओ सामने पई हुई कबड्डी चार जाफी है तीन मोने है एक ज्ञानी है देखदा भी केड़ा गभरू दीवाने वाला जफा लावेगा फूले वाले दी धरती दा रेशम आलम वाले दा अजमेर फैसले करनगे इस पॉइंट दे 30 सकिंटां दा
समा कुछ पल बीते ने कुछ बाकी ने फड़िया लक ते ताड़ियां मार दियो दर्शक वीरियो मार दियो ताड़ियां जफा लगन वाली गल बन चुकी है खेड मैदान दे विच बजण गीआं ताड़ियां लाओ देखदा वी पंजाबी ने रेडर नूं ਬਾਹਾਂ ਵਿੱਚ ਝਕੜ ਲਿਆ ਜਿਵੇਂ ਸ਼ੇਰ ਨੇ ਚੁੰਗੀਆਂ ਭਰਦੇ ਮਿਰਗ ਨੂੰ ਪਕੜ ਲਿਆ ਤੇ ਦੇਖਣ ਹੋ ਕੇ ਸਦਾ ਹੀ ਪੱਬਾ ਪਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜੁਗਾ ਜੁਗੰਤਰਾਂ ਤੋਂ ਚੱਲੀ ਆ ਰਹੀ ਹੈ ਪਰੰਪਰਾ ਲਓ ਦੀਵਾਨੇ ਪਿੰਡ ਦੇ ਜੱਗੇ ਦੀ ਪਈ ਹੋਈ ਕਬੱਡੀ ਅਗਲੀਆਂ ਟੀਮਾਂ ਡਰੋਲੀ ਭਾਈ ਤੇ ਸਾਹ ਹੋ ਕੇ ਆ ਜਾਣ ਜੀ ਡਰੋਲੀ ਭਾਈ ਵਰਸੀ ਸਾਹ ਹੋ ਕੇ ਇਹ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਲਾਗੇ ਪੁੱਜ ਜਾਣ ਮੈਚ ਜਿਹੜਾ ਸਮਾਪਤੀਆਂ ਦੇ ਵੱਲ ਨੂੰ ਜਾ ਰਿਹਾ ਹੈ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਵਾਲੇ ਕੇ ਵਾਲਾ ਨੌਜਵਾਨ ਗੱਭਰੂ ਪਾਉਣ ਦੇ ਲਈ ਵਾਧਾ ਹੋਇਆ ਹੌਲੀ ਹੌਲੀ ਦਰਸ਼ਕ ਵੀਰ ਪੁੱਜਦੇ ਜਾ ਰਹੇ ਨੇ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਕਾਲੇ ਕੇ ਵਾਲੇ ਨੌਜਵਾਨ ਗੱਭਰੂ ਦੀ ਪੈਂਦੀ ਹੋਈ ਕਬੱਡੀ ਤੇ ਚਾਰ ਜਾਫੀ ਦੀਵਾਨੇ ਪਿੰਡ ਦੇ ਕਿਹੜਾ ਗੱਭਰੂ ਲਾਵੇਗਾ ਜੱਫਾ ਇਹ ਹੁਣੇ ਪਤਾ ਲੱਗ ਜਾਣਾ ਹੈ ਕਿ ਖੇਡੀ ਦੀ ਸੀ ਕਦੇ ਕਬੱਡੀ ਕਲਰੀ ਰੋਡਾਂ ਤੇ ਪਰ ਜੋਬਨ ਮੁਟਿਆਰ ਹੋ ਗਈ ਉੱਚਿਆਂ ਜੋੜਾਂ ਤੇ ਦਿੱਤਾ ਇਸ ਨੂੰ ਥਾਪੜਾ ਸਮੇਂ ਦੀਆਂ ਸਰਕਾਰਾਂ ਨੇ ਲੰਘਿਆਣੀਆਂ ਟੀਵੀ ਚੈਨਲਾਂ ਤੇ ਅਖਬਾਰਾਂ ਨੇ ਵਰਲਡ ਕੱਪ ਨਾਲ ਹੋਏ ਜਦੋਂ ਕਲੋਲ ਕਬੱਡੀ ਦੇ ਹੁਣ ਦੁਨੀਆ ਦੇ ਵਿੱਚ ਵੱਜ ਗਏ ਜੋਧਿਆ ਢੋਲ ਕਬੱਡੀ ਦੇ ਹੁਣ ਦੁਨੀਆ ਦੇ ਵਿੱਚ ਵੱਜ ਗਏ ਜੋਧਿਆ ਢੋਲ ਕਬੱਡੀ ਦੇ ਮੈਸਲਾ ਜਿਹੜਾ ਹੋ ਚੁੱਕਿਆ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਾਫੀ ਦਾ ਸਾਹ ਹੋ ਕੇ ਤੇ ਡਰੋਲੀ ਭਾਈ ਆਉਣ ਅਗਲੇ ਮੈਚ ਦੇ ਲਈ ਲਓ ਸੁਖੀ ਭਗਤ ਦੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਦੇਖਦਾ ਵੀ ਗੱਭਰੂ ਨੇ ਕੀਤੀ ਡੱਕਣ ਦੀ ਕੋਸ਼ਿਸ਼ ਤੇ ਪੁਆਇੰਟ ਐਸਕਟ ਦੀਵਾਨਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ ਪੁਆਇੰਟ ਮੇਰੇ ਵੀਰੋ ਐਸਕਟ ਭਗਤੇ ਵਾਲੇ ਸੁਖੀ ਨੇ ਦੀਵਾਨਿਆਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਾਲੇ ਕੇ ਵਾਲਾ ਗੱਭਰੂ ਵਾਧਾ ਹੋਇਆ ਸਾਹੋਕੇ ਦੀ ਟੀਮ ਆ ਗਈ ਹੈ ਤੇ ਡਰੋਲੀ ਭਾਈ ਆਓ ਜੀ ਡਰੋਲੀ ਭਾਈ ਦੀ ਟੀਮ ਪਹੁੰਚੋ ਸਾਹੋਕੇ ਪਹੁੰਚ ਚੁੱਕੇ ਨੇ ਲਓ ਜੱਗਾ ਦੀਵਾਨੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਸਦਾ ਗੁੱਡੀ ਕੰਬਰਾ ਤੇ ਚੜੀ ਰਹੇ ਨਾ ਹਵਾ ਵਿੱਚ ਕੀਤੀ ਗੱਲ ਫੜੀ ਰਹੇ ਨਾ ਅਥਰੀ ਜਵਾਨੀ ਅੰਨੀ ਹੁੰਦੀ ਚੜਦੀ ਉੱਚੀ ਉੱਚੀ ਉੱਡੇ ਕੋਠੀ ਤੜੀ ਰਹੇ ਨਾ ਬੰਤ ਬਰਾੜਾ ਰੰਗ ਗੋਰਾ ਨਾ ਚੱਲੇ ਤੇ ਸਿਆਣੇ ਕਹਿੰਦੇ ਕਾਲਾ ਨਾ ਹੀ ਫਿੱਕਾ ਚੱਲਦਾ ਚੰਗੇ ਮਾੜੇ ਦਿਨ ਯਾਰਾ ਰੱਖ ਸਾਂਭ ਕੇ ਸਦਾ ਨਹੀਂ ਬੰਦੇ ਦਾ ਇੱਥੇ ਸਿੱਕਾ ਚੱਲਦਾ ਚੰਗੇ ਮਾੜੇ ਦਿਨ ਯਾਰਾ ਰੱਖ ਸਾਂਭ ਕੇ ਲਾ ਪੁਆਇੰਟ ਐਸਕ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਡਰੋਲੀ ਭਾਈ ਤੇ ਸਾਹੋਕੇ ਦਾ ਅਗਲਾ ਮੈਚ ਜਿਹੜਾ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਵਿੱਚ ਵੱਧ ਕੇ ਪੈਂਦੀ ਹੋਈ ਕਬੱਡੀ ਕਿਸੇ ਨਾਲੋਂ ਘੱਟ ਨਾ ਕੋਈ ਨਵੇਂ ਯੁੱਗ ਚ ਬੜੀ ਹੈ ਤੇਜ਼ੀ ਬਿਲਕੁਲ ਜੀ ਵੱਡੇ ਜਿਹੜੇ ਜਿੱਥੇ ਮਾਨਾ ਸਨਮਾਨਾਂ ਦੀਆਂ ਗੱਲਾਂ ਹੋਣਗੀਆਂ ਅੱਜ ਤੂਤ ਪਿੰਡ ਦੇ ਗੁਰਜੀਤ ਦਾ ਵੱਡਾ ਮਾਣ ਹੋਵੇਗਾ ਦਾਦਰ ਪਿੰਡ ਦਾ ਬਰਿੰਦਰ ਆਵੇਗਾ ਨਾਲ ਕਹਿੰਦੇ ਸੈਦੋਕੇ ਪਿੰਡ ਦੇ ਮੱਖਣ ਦੇ ਵੀ ਅੱਜ ਵੱਡੇ ਮਾਣ ਵਿਸ਼ੇਸ਼ ਤੌਰ ਤੇ ਕੱਪਾਂ ਨਾਲ ਕੀਤੇ ਜਾਣਗੇ ਆਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਆਹ ਦੇਖਦਾ ਵੀ ਆਲਮਵਾਲੀ ਅਜਮੇਰ ਨਹੀਂ ਉਹ ਮੰਨਦਾ ਪੁਆਇੰਟ ਕਾਮਨ ਹੋ ਚੁੱਕਿਆ ਹੈ ਅੰਕ ਸਾਂਝਾ ਹੋ ਚੁੱਕਿਆ ਹੈ ਸਾਹੋਕੇ ਤੇ ਡਰੋਲੀ ਭਾਈ ਅਗਲੇ ਮੈਚ ਦੀਆਂ ਟੀਮਾਂ ਹੋਣਗੀਆਂ ਲਓ ਸੁਖੀ ਭਗਤੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਛਾਤੀ ਟੈਟੂ ਬਣਵਾ ਕੇ ਸ਼ੇਰ ਡੌਲੇ ਤੇ ਖੜਾ ਕੇ ਕਦੇ ਬਣਦੇ ਨਹੀਂ ਹੁੰਦੇ ਸਹੀ ਸ਼ੇਰ ਮਿੱਤਰੋ ਕੌਣ ਕਿੰਨੇ ਪਾਣੀ ਵਿੱਚ ਹੁਣੇ ਪਤਾ ਲੱਗ ਜਾਣਾ ਸਿੰਘ ਕੁੰਡੀਆਂ ਦੇ ਫਸ ਜਾਣੇ ਫੇਰ ਮਿੱਤਰੋ ਲੰਘਿਆਣੀਆਂ ਬਿਆੰਤ ਥੋੜਾ ਸਮਾਂ ਰੁਕ ਜਾ ਹੁਣ ਪੈਗੀ ਰੇਡ ਲੱਗਣੀ ਨਹੀਂ ਦੇਰ ਮਿੱਤਰੋ ਦੇਰ ਨਹੀਂ ਲੱਗਣੀ ਮੇਰੇ ਵੀਰੋ 30 ਸਕਿੰਟਾਂ 'ਚ ਫੈਸਲਾ ਹੋਵੇਗਾ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਫੇਰ ਹਾਂਜੀ ਕਬੱਡੀ ਓਪਨ ਦੀਆਂ 32 ਟੀਮਾਂ ਸਾਡੇ ਕੋਲੇ ਵੀਰ ਐਂਟਰ ਹੋ ਚੁੱਕੀਆਂ ਇਸ ਤੋਂ ਬਾਅਦ ਕੋਈ ਵੀ ਟੀਮ ਐਂਟਰ ਨਹੀਂ ਹੋਣੀ ਕਬੱਡੀ ਓਪਨ ਦੀ ਜਿਹੜੀ ਹੁਣ ਕੋਈ ਵੀ ਟੀਮ ਐਂਟਰ ਨਹੀਂ ਕੀਤੀ ਜਾਵੇਗੀ ਇਹ ਖਿਡਾਰੀ ਜਿਹੜੇ ਨੋਟ ਕਰ ਲੈਣ ਪਹਿਲੀਆਂ 32 ਟੀਮਾਂ ਐਂਟਰ ਹੋ ਚੁੱਕੀਆਂ ਲਓ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਸਾਡੇ ਕੋਲੇ 32 ਟੀਮਾਂ ਐਂਟਰ ਹੋਈਆਂ ਉਹਨਾਂ ਦੇ ਆਹੀ ਟਾਂਜਾ ਕੱਢਣ ਜਾ ਰਹੇ ਆ ਕਬੱਡੀ ਓਪਨ ਦੀਆਂ ਜਿਹੜੀਆਂ ਟਾਈਆਂ ਨਿਕਲਣ ਜਾ ਰਹੀ ਹੈ ਲਓ ਦੀਵਾਨੇ ਪਿੰਡ ਦਾ ਜੱਗਾ ਤੇ ਚਾਰ ਜਾਫੀ ਮੇਰੇ ਵੀਰੋ ਕਾਲੇ ਕੇ ਪਿੰਡ ਦੇ ਕਿਹੜਾ ਗੱਭਰੂ ਲਾਵੇਗਾ ਜੱਫਾ ਇਹ ਹੁਣੇ ਪਤਾ ਲੱਗ ਜਾਣਾ ਹੈ ਖੇਡ ਮੈਦਾਨ ਦੇ ਵਿੱਚ ਕਿ ਸੋਨੂ ਦਾ ਜੰਪ ਦੁੱਲੇ ਦਾ ਪੰਪ ਸੁਖਵੀਰ ਦੀ ਭਾਜ ਭੀਮ ਦਾ ਡਾਜ ਇਹ ਚਾਰੇ ਦਿਲ ਨੂੰ ਲੁੱਟਦੇ ਨੇ ਜਾਫੀ ਦਾਦਰ ਪਿੰਡ ਦਾ ਬਰਿੰਦਰ ਤੇ ਪਿੱਥੋਂ ਦਾ ਸ਼ੀਰਾ ਰੇਡਰ ਦੂਰੇ ਕਰ ਕਰ ਸੁੱਟਦੇ ਨੇ ਲਓ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਤੇ ਟੀਮ ਨੋਟ ਕਰਿਓ ਜੀ ਦੀਵਾਨੇ ਜੇਤੂ ਹੈ ਦੀਵਾਨਿਆਂ ਦੀ ਟੀਮ ਜੇਤੂ ਡਰੋਲੀ ਭਾਈ ਤੇ ਸਾਹੋ ਕੇ ਆਓ ਜੀ ਸੈਂਟਰ ਲਾਈਨ ਤੇ ਦੀਵਾਨੇ ਦੀ ਟੀਮ ਜਿਹੜੀ ਜਿੱਤ ਚੁੱਕੀ ਇਸ ਮੈਚ ਦੇ ਵਿੱਚੋਂ ਮੇਰੇ ਵੀਰ ਨੋਟ ਕਰ ਲੈਣ ਸਾਹੋ ਕੇ ਤੇ ਡਰੋਲੀ ਭਾਈ ਸੈਂਟਰ ਲਾਈਨ ਦੇ ਉੱਪਰ ਆ ਜਾਣ
आज जो मैच इन्होंने टीमों के दरमियान खेला जाएगा इस तो अगलिया टाइया मेरे वीर मुकम्मल कर लिया जान ड्रोली भाई साहो के पिंड दी टीमां दे दरमियान जिहड़ा मैच शुरू होने जा रहा है खेड मैदान दे विच के चंगे बनो खिडारी नशे दे खून नूं पुट्ठा गेड़ो दही लस्सी ते मखणी गल कोई दुद्ध घिओ दी छेड़ो इश्क मुश्क चो कोई नहीं जित्तिया रखियो अख बचा के खेडी जांदी नहीं कबड्डी टीके गोलियां खा के जती लंगोटियां दे हो घुलीए घोल कबड्डी दे हुण दुनिया दे विच वज गए जोधिया ढोल कबड्डी दे हुण दुनिया दे विच वज गए जोधिया ढोल कबड्डी दे पूरी दुनिया दे विच ढोल वज चुके ने माखेड़ कबड्डी दे ड्रोली भाई ते साहो के पिंड दीआं टीमां दे दरमियान जिहड़ा मैच शुरू होण जा रहा है नत्थू वाले वाली साइड टीम ड्रोली भाई पिंड दी ते दूजे पासे टीम जिहड़ी होवेगी साहो के दी लाओ सामने मैच शुरू होण जा रहा है जिहड़े पिंड दा नीना जिहड़े पिंड दे रिंपे वर्गे वधिया कबड्डी दे खिडारी मेरे वीरो ड्रोली भाई दी धरती ने आप अपने समय दे अनुसार पैदा कीते ने ला जिथे माघी दा मेला मशहूर है मीरी पीरी दे मालक साहिब श्री गुरु हरगोबिंद साहिब जी दी पावन ते पवित्र चरण छो प्राप्त धरती ड्रोली भाई पिंड पूरी दुनिया दे विच मशहूर है मेरे वीरो लाओ अगली कबड्डी भी सिखदे पहली कबड्डी पाउण दे लई ड्रोली भाई वाला नौजवान करता है तैयारी के खेडदा कबड्डी उन्हें पहली रेड पाई होवे जफा लगा वेख ताड़ी लोगों ने बजाई होवे एक जोर नाल पहला डेढ़ पॉइंट लेके जदो आण हंदिया दे उत्ते खड़दा फिर दिल गबरू दा उड़ जू करदा फिर दिल गबरू दा ते फुलवाड़ी रेशम ने मारनी है बिसल देखांगे भी किहदे हक दे विच असक्त पॉइंट जिहड़ा जाफी दे हिस्से है पॉइंट साहो के वाले जाफी ने अपनी टीम दे हिस्से जोड़ दिता है अगलियां टाइयां मेरे वीर मुकम्मल कर लईआं जाण इह लास्ट मैच है चल भी नौजवान अगली कबड्डी साहो कैंबड़ा नौजवान गबरू अगली वाधा होया जिथे केसाधारी खिडारियों के बड़े माण किए जा रहे हैं और तूत पिंड के गुरजीत का कहते भी अब विशेष तौर पर माण होगा सैदोके का मखण दादर पिंड के बरिंदर का भी विशेष तौर पर माण सन्मान किया जाएगा लाओ सामने पई हुई कबड्डी खेड मैदान जाफी ड्रोली भाई पिंड का करता डकण की कोशिश ते सफलता धावी के कदम चुमदी हुई पॉइंट असक्त साहो कैंबड़े रेडर ने अपनी टीम के हिस्से जोड़ दिता है अगली कबड्डी धन्यवाद है लाओ सामने पैंदी हुई कबड्डी खेड मैदान ड्रोली भाई वाले नौजवान गबरू दी हेलो भाई जी सत्कारयोग टूरनामेंट कमेटी वालों बेनती है क्लब वालों भाई जी जिहड़े स्टेट सज्जन ने क्योंकि 32 क्लब पहले एंटर किए आ 33वीं टीम एंटर नहीं होनी कल ही फैसले जिहड़े ले गए आ पहला इश्तिहार दे बगैदा दस्सिया गया हथ बन के बेनती है खिडारी वीरो जिस तरह भी जिहड़ी भी टीमां दे विच तुहाडी सैटल हुंदी आ कर लो मेरे वीर क्लब वाले किसी की कोई नहीं बई सुनवाई करते जिन्हें इन्होंने फैसले ले लो टल आ तो हथ बन के बेनती बई बन के थोड़ा थोड़ा जाल तो पिछे जो नौजवानों बहुत ही वधिया तकड़े खिडारी और जिहड़े फैसले ते जिहड़े नज़मों लए गए ने मेरे वीर उन्हां दी आपां पालना करनी है जिवें इस तरह भी तुहाडी किसी भी टीम दे विच सैटल होंदे आ तुसीं ओह भाई जी सैटल होके खेड लो ते मनदीप है कि बेनती हो रहा भाई जिहड़े टैंपू ते अपनियां गड्डियां लाईआं गईआं ने दशकर खिडारियों नूं लिआउण दे लई उन्हां वीरां नूं बेनती आ भी वध तों वध तुसीं गेड़े लाओ नाल ही जिहड़े गुरु के लंगर वरत रहे आ शरदा दे नाल भावना दे नाल लैणा बना के प्रशादा पानी आपां छकना ज़्यादा धक्का मुक्की नहीं करनी गुरु का लंगर जरा चाह का प्रशादे पानी का संगत दे लई वरताया जा रहा ते आपां भी जरा प्रबंध का साथ दईए ओवर टू ग्राउंड जी बड़े जिहड़े माण सन्मान और जिन्हें भी जरूरी कार्रवाई स्टेज उपरों सांझियां कीतियां जा रही है लाओ सामने वध के नौजवान गबरू साहो के वाला करदा होया कबड्डी कबड्डी खेड मैदान दे विच कि तकड़े का पानी सदा दुनिया है भरदी माड़ियां दी हुंदी सदा कन्नी उत्ते चढ़दी ओ बे तारी स्टेज ते आई यार एक मिनट तारी खजान जी नाले वीरे किसी भी टीम च कोई भी सैख मुंडा खेडदा वे औलखाने पाई ने सरोपे देने ते स्टेज ते होके जाया करे भाई दीप कड्डो टाइयां कबड्डी ओपन दे मैच मेरे वीर अलाउस करो बाकी भाई जी स्टेज ते साडी ओही शख्सियत बैठणगे जिन्हां नूं सद्दा पत्र दित्ता गया बाकी दर्शकां दे लई और खिडारियां दे लई ट्रालियां जिहड़ियां लाईआं गईआं ने
बहुत अच्छा प्रबंध है। स्टेज ते वही वीर बैठेंगे जिन्होंने सदा पत्र दिए गए ने। झंडे वाले दी कबड्डी कप दी जिथे साडा वीर खुशदीप झंडे वाली आ बड़े सदे दे रहा है। 3-4 ते 5 फरवरी होगी आने वाली डेटा जिहड़ियां झंडे वाले दी कबड्डी कप दियां। ओ भाई तारी टाइया कटा यार कितने तू इत सा क्यों नहीं यार कितने तू तारी साडा वीर टैक्निकल स्टेज उपर रिपोर्ट करे साडे वीर गुरदीप सिंह जी बिल्ला प्रधान साहब उन्हां वीरां नूं आके मिले। लाओ सामने पैंदी कबड्डी खेड मैदान दे विच साहो के वाले नौजवान गभरू दी 4 जाफी ट्रोली पाई पिंड दे जिहड़े पिंड दा नीना नंबरदार परिवार दा अनमोल हीरा कह लईए उसे पिंड दा आ गभरू है ते पॉइंट ऐसा कोई रेडर दे हिस्से है कि पौंदा जदों रेड वी ट्रोली वाला नीना जाफियां नूं सियाला च लिया देवे पसीना लंघिया ने वालिया छा गया नीना आ गया नीना आ गया नीना उसे पिंड का आ गभरू मेरे वीर ड्रोली पाई की धरती का ला मुंडे ने फड़िया गुट बाजी कैंची खेड मैदान दे विच के तगड़े का पानी सदा दुनिया है भरदी माड़िया की होंगी सदा कन्नी उत्ते चरदी पैंदी हंकार नूं ही मार जो दिया रब देवे रुतबा वधा माड़े का सुका नहीं जान दिंदा लंघियाणिया एक बारी लग जे जे दा माड़े का सुका नहीं जान दिंदा लंघियाणिया। हौली हौली दर्शक वीर पुजते जा रहे ने बड़ा कट होवेगा दुनिया के महारथी खिडारी पुजणगे दुनिया के हीरे कबड्डी के खिडारी पुजणगे जिन्हें खेड मैदान के लाओ सामने अगली कबड्डी साहो के वाला नौजवान गभरू पाने के लिए वाधा होया अगली जी टाइया मुकम्मल कर लो मेरे वीर ग्राउंड वेली हो जा रही है इस मैच तो बाद लाओ सामने साहो के वाले नौजवान गभरू की पाई हुई कबड्डी जाफी ट्रोली भाई पिंड का लाओ करदा डकण की कोशिश फिर थापियां कंधा के कोले मारदा वे पता लग जूगा तोले हुए भार का जे कोई मिल गया भैड़े परिवार का ते किते भी नहीं जी लगता घोड़ी घोड़ियां च देख ली भजा के आ घरे पता की लगता मैच समाप्त हो जाने साहोके की टीम जेतू रिक्की भाई नोट कर लियो साहोके की टीम जेतू है मेरे भरा नोट कर लैन इस मैच दे विचों चलदे हुए मैच चो साहोके की टीम जित चुकी है। दीप वीरे लिस्ट पाउण दी करो मैचां दी। हां जी वीरे अगले मैचां दी जिहड़ी ग्राउंड ते लिस्ट पाउण दी करदे हो साहोकियां दी टीम जित चुकी इस मैच दे विचों। दुनिया का महान खिलाड़ी शेरू सप महिमोहना ने भी पहुंचा जी आखते हैं शेरू सप महिमोहना की धरती उधर साढ़े परगट वर्गी पंजग्राई के होर भी महान खिलाड़ी जिहड़े खेड़ दे पहुंचे ने जी आखते हैं जिस तरह भी खिलाड़ी वीरो तुहाडी सैट लाउंदी है तुसीं 32 टीमों के आप अपना सैटर कर लो वीर जी मजबूरियां ने इस क्लब दियां 32 क्लब जिस तरह पहला दस्सिया गया इश्तहार ते एंटर किए जाने आ। हेलो झंडे वाले कबड्डी कप दी कबड्डी ओपन ते 70 दे विच दो दो प्लेयर बाहरों खेडणगे कबड्डी ओपन लई 61,000 ते 51,000 रुपया दिता जाएगा झंडे वाले दे कबड्डी कप ते और भाई तारी टीमां टाइयां कटणियां साडे कोले आ यार बड़ा एक मिनट यार 52 ते 42 किलो जी नरोल पिंड वार होगी 3 तरीक नू मैच होणगे 4 तरीक नू 70 किलो दे मैच ते 5 फरवरी होगी कबड्डी ओपन दे लई पिंड झंडे वाले दे कबड्डी कप दी मेरे वीरो 3-4 ते 5 फरवरी 9, 10 ते 11 तरीक दे बड़े सदे साडा वीर फौजी भैणी वाला जिले बठिंडे वाले गभरू दे रहे ने इन्हां भरावां दा वी धन्नवाद 9 ते 10 तरीक होगी पंजग्राई दे कबड्डी कप दी 12, 13 ते 14, 15 तरीक नू कबड्डियां पैणगियां ड्रोली पाई दी धरती ते माइक ओवर टू स्टेज। एक मिनट मनदीप क्लब के वीरां नूं बेनती है भाई जी स्टेज ते एंट्री काउंटर ते पहुंचो टाइयां जिहड़ियां कढ़ियां जा रहियां ने उधर दुनिया का महान खिडारी भाई गोरा समालसर की धरती का भी पहुंचा होया जी आखदे आ गोरा समालसरिया मालवे का महान जाफी। अगलियां जिहड़ियां टाइयां कढ के एक मैच अनाउंस कर दिओ स्टेज दे उपरों तां जो आपां टीमां नूं सद सकीए समुचे साडे दानी सज्जण भरावां दा धन्नवाद जिथे बड़े सहयोग सारे फासला है दोनों टीम फासला दोनों टीम ग्राउंड च आ जाना साहोके सेमीफाइनल मैच है इन्हां दा फासला ते साहोके दा पहला सेमीफाइनल मैच खेडा जाएगा यह टीमां जिहड़ियां जल्दी नाल ग्राउंड च पुज्जन साहोके ते फासला समुचे दानी सज्जण भरावां दा धन्नवाद
ਢਾਲੀਵਾਲ ਟੈਂਟ ਹਾਊਸ ਵਾਲੇ ਮਠਾੜੂ ਬਿਲਡਰਜ ਵਾਲੇ ਵੀਰ ਗੱਬਰ ਸਿੰਘ ਡੁਮਰੀਆਣੇ ਦੀ ਬੁਲੰਦ ਆਵਾਜ਼ ਜਾ ਰਹੀ ਪੂਰੀ ਦੁਨੀਆ ਦੇ ਵਿੱਚ punjablive1.com ਦੇ ਜ਼ਰੀਏ ਸਾਡੇ ਵੀਰ ਨੀਟੇ ਹੋਣੀ ਪਹੁੰਚਾ ਰਹੇ ਨੇ ਕੱਲੀ ਕੱਲੀ ਕਬੱਡੀ ਨੂੰ ਕੱਲੇ ਕੱਲੇ ਜੱਫੇ ਨੂੰ ਪੂਰੇ ਵਰਲਡ ਦੇ ਵਿੱਚ ਹੈਲੋ ਦੁਨੀਆ ਦੇ ਵਿੱਚ ਹਾਂਜੀ ਮਨਦੀਪ ਨਾਲ ਹੀ ਆਪਣੇ ਕੋਲੇ ਪੰਜਾਬ ਹਾਊਸ ਦੇ ਆਪਣੇ ਮੁਲਾਜ਼ਮ ਸਹਿਬਾਨ ਪਹੁੰਚੇ ਨੇ ਜੀ ਆਖਦੇ ਜੀ ਆਪਣੀਆਂ ਡਿਊਟੀਆਂ ਦੇਣ ਦੇ ਲਈ ਸਾਹੋ ਕੇ ਵਰਸਸ ਪਾਸਲਾ ਦਵਾਨਾ ਵਰਸਸ ਸ਼ੇਰੋਂ 70 ਕਿਲੋ ਦੇ ਸੈਮੀ ਫਾਈਨਲ ਮੈਚ ਆ ਕਬੱਡੀ 70 ਕਿਲੋ ਭਾਰ ਦੇ ਪਹਿਲੇ ਸੈਮੀਫਾਈਨਲ ਮੈਚ ਦੇ ਲਈ ਪਾਸਲਾ ਵਰਸੀ ਸਾਹੋਗੀ ਦੋਨੋਂ ਟੀਮਾਂ ਜਲਦੀ ਨਾਲ ਦਵਾਨਾ ਵਰਸਸ ਸ਼ੇਰੋਂ ਲਿਖ ਕੇ ਭੇਜ ਦਿਓ ਮੇਰੇ ਵੀਰ ਭੇਜਦੇ ਸ਼ੇਰੋਂ ਤੇ ਦਵਾਨਾ ਪਾਸਲਾ ਤੇ ਸਾਹੋਗੀ ਇਹ ਸੈਮੀਫਾਈਨਲ ਮੈਚਾਂ ਦੀਆਂ ਟੀਮਾਂ ਨੇ ਜਲਦੀ ਨਾਲ ਗ੍ਰਾਂਟ ਪੁੱਜਿਆ ਨੇ ਟੀਮਾਂ ਜਿਹੜੀਆਂ ਜਿਵੇਂ ਜਿਵੇਂ ਅਸੀਂ ਮੈਚ ਬੋਲਾਂਗੇ ਉਵੇਂ ਉਵੇਂ ਖਿਡਾਰੀ ਜਿਹੜੇ ਖੇਡ ਮੈਦਾਨ ਦੇ ਵੱਲ ਨੂੰ ਪੁੱਜੇ ਹਨ ਕਿ ਫੈਸਲੇ ਅਧੂਰੇ ਜਿੱਤ ਦੇ ਨਾ ਰਹਿਣਗੇ ਹੁਣ ਫਾਈਨਲ ਮੈਚ ਕਹਿੰਦੇ ਪਟਾਕੇ ਪੈਣਗੇ ਡੰਗ ਨਹੀਂ ਉਹ ਮਾਰਦੇ ਗੰਡੋਏ ਜਾਂ ਮੜੱਪ ਬਈ ਨਿੱਤਰਨਗੇ ਨਾਗਾ ਚੋਂ ਖੜੱਪੇ ਸੱਪ ਬਈ ਤੇ ਲੰਘਿਆ ਨੇ ਵਾਲਾ ਜੋਧਾ ਸੱਚ ਕਹਿ ਗਿਆ ਹੁਣ ਦੇਖਾਂਗੇ ਕਬੱਡੀ ਕੱਪ ਕੌਣ ਲੈ ਗਿਆ ਲੰਘਿਆ ਨੇ ਵਾਲਾ ਜੋਧਾ ਸੱਚ ਕਹਿ ਗਿਆ ਅੱਜ ਦੇਖਾਂਗੇ ਵੀ ਕਿਹੜੀ ਟੀਮ ਜਿੱਤ ਕੇ ਜਾਵੇਗੀ ਔਰ ਕਿਹਦੇ ਹਿੱਸੇ ਦੇਖਾਂਗੇ ਜਿੱਤ ਆਵੇਗੀ ਇਹ ਖੇਡ ਮੈਦਾਨ ਦੇ ਵਿੱਚ ਫੈਸਲੇ ਹੋਣਗੇ ਪਹਿਲਾ ਸੈਮੀਫਾਈਨਲ ਮੈਚ ਜਿਹੜੀਆਂ ਟੀਮਾਂ ਲੌਸ ਕੀਤੀਆਂ ਜਲਦੀ ਤੋਂ ਜਲਦੀ ਗਰਾਊਂਡ ਸਾਦਾ ਇੰਨਾ ਜ਼ਰ ਗਰਾਊਂਡ ਵੇਲਾ ਨਹੀਂ ਕਰਨਾ ਆਪਣੀ ਟੀਮਾਂ ਬਹੁਤ ਜ਼ਿਆਦਾ ਓਪਨ ਆਂ ਸਾਹੋ ਕੇ ਤੇ ਪਾਸਲੇ ਪਿੰਡ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਪੁੱਜਣ ਸਾਹੋ ਕੇ ਤੇ ਪਾਸਲੇ ਪਿੰਡ ਦੀਆਂ ਟੀਮਾਂ ਜਲਦੀ ਦੇ ਨਾਲ ਗ੍ਰਾਂਡ ਪੁੱਜਿਆਂ ਦੀਵਾਨੇ ਤੇ ਸ਼ੇਰੋਂ ਦੀਵਾਨੇ ਵਰਸੀ ਸ਼ੇਰੋਂ ਆਓ ਮੇਰੇ ਮਿੱਤਰੋ ਮੈਦਾਨੇ ਨਿੱਤਰੋ ਦੀਵਾਨੇ ਤੇ ਸ਼ੇਰੋਂ ਪਿੰਡ ਦੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗ੍ਰਾਂਡ 'ਚ ਪੁੱਜਿਆਂ ਸਾਹੋ ਕੇ ਵਰਸੀ ਪਾਸਲਾ ਦੀਵਾਨੇ ਤੇ ਸ਼ੇਰੋਂ ਦੀਵਾਨੇ ਤੇ ਸ਼ੇਰੋਂ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਇਹ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗ੍ਰਾਂਡ 'ਚ ਪੁੱਜਿਆਂ ਦੀਵਾਨੇ ਤੇ ਸ਼ੇਰੋਂ ਦਾ ਜਿਹੜਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਹੈਲੋ ਮਨਦੀਪ 70 ਕਿਲੋ ਦਾ ਪਹਿਲਾ ਨਾਮ ਜਿਹੜਾ ਬਾਈ ਆਪਣੇ ਰੇਸ਼ਮ ਯੂਐਸਏ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਉਹ ਆਪਣੇ ਨਾਲ malwa.com ਨੈਟ ਦੇ ਉੱਤੇ ਜੁੜ ਚੁੱਕੇ ਨੇ ਜੀ ਬਾਈ ਰੇਸ਼ਮ ਸਿੰਘ ਜੀ ਯੂਐਸਏ ਜੀ ਉਹ ਬਾਈ ਟੀਮਾਂ ਬਣਾ ਯਾਰ ਜਲਦੀ ਤੋਂ ਜਲਦੀ ਗਰਾਊਂਡ 'ਚੋਂ ਮੈਂ ਤਾਂ ਬੋਲੀ ਜਾਂਦਾ ਬਾਈ ਜੀ ਸ਼ੇਰੋਂ ਤੇ ਮੇਰੀ ਬੇਨਤੀ ਦੀਵਾਨੇ ਦੀਵਾਨੇ ਤੇ ਸ਼ੇਰੋਂ ਬਾਈ ਜੀ ਕੱਟਣ ਜਾ ਰਹੇ ਆਂ ਇਹ ਟੀਮਾਂ ਜਿਹੜੀਆਂ ਅਸੀਂ ਕੱਟਣ ਜਾ ਰਹੇ ਆਂ ਦੀਵਾਨੇ ਤੇ ਸ਼ੇਰੋਂ ਪਹਿਲਾ ਸੈਮੀਫਾਈਨਲ ਮੈਚ ਖੇਡਣਗੀਆਂ ਟੀਮਾਂ ਜਲਦੀ ਨਾਲ ਖਿਡਾਰੀ ਜਿਹੜੇ ਗਰਾਊਂਡ 'ਚ ਪੁੱਜੇ ਹਨ ਸ਼ੇਰੋਂ ਤੇ ਦੀਵਾਨੇ ਸ਼ੇਰੋਂ ਤੇ ਦੀਵਾਨੇ ਪਿੰਡ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਪੁੱਜੇ ਹਨ ਪਾਸਲਾ ਤੇ ਮੇਰੀ ਬੇਨਤੀ ਹੋਵੇਗੀ ਸਾਹੋਕਿਆਂ ਨੂੰ ਇਹ ਵੀ ਟੀਮਾਂ ਤਿਆਰ ਪਰ ਤਿਆਰ ਰਹਿਣ ਸ਼ੇਰੋਂ ਤੇ ਦੀਵਾਨੇ ਆਓ ਜੀ ਜਲਦੀ ਦੇ ਨਾਲ ਇਹ ਟੀਮਾਂ ਜਿਹੜੀਆਂ ਮੇਰੀ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਗ੍ਰਾਂਟ 'ਚ ਪੁੱਜਣ 3, 4 ਤੇ 5 ਫਰਵਰੀ ਝੰਡੇਵਾਲੇ ਦੇ ਕਬੱਡੀ ਕੱਪ ਦੀ 75 ਕਿਲੋ ਭਾਰ ਦੇ ਵਿੱਚ ਦੋ ਪਲੇਅਰ ਬਾਹਰੋਂ ਖੇਡਣਗੇ ਕਬੱਡੀ ਓਪਨ 'ਚ ਵੀ ਦੋ ਖਿਡਾਰੀ ਬਾਹਰ ਦੇ ਹੋਣਗੇ 42 ਤੇ 52 ਕਿਲੋ ਨਰੋਲ ਪਿੰਡ ਬਾਹਰ ਹੋਵੇਗੀ ਇਹ ਟੀਮਾਂ ਜਿਹੜੀਆਂ ਨੋਟ ਕਰ ਲੈਣ ਮੇਰੇ ਵੀਰ ਆਓ ਸਾਹਮਣੇ ਦੀਵਾਨੇ ਤੇ ਸ਼ੇਰੋਂ ਜਲਦੀ ਨਾਲ ਟੀਮਾਂ ਜਿਹੜੀਆਂ ਗ੍ਰਾਂਟ 'ਚ ਪੁੱਜਣ ਸ਼ੇਰੋਂ ਵਰਸੀ ਦੀਵਾਨੇ 1 ਮਿੰਟ ਦਾ ਸਮਾਂ ਦੋਨਾਂ ਟੀਮਾਂ ਨੂੰ ਘੜੀ ਦੇ ਉੱਪਰ ਟਾਈਮ ਜਿਹੜਾ ਨੋਟ ਹੋ ਚੁੱਕਿਆ ਸਾਡੇ ਪ੍ਰਬੰਧਕ ਵੀਰਾਂ ਦਾ ਫੈਸਲਾ ਹੈ ਕਿਸੇ ਟੀਮ ਦਾ ਅਸੀਂ ਕੋਈ ਇੰਤਜ਼ਾਰ ਨਹੀਂ ਕਰਾਂਗੇ ਖਿਡਾਰੀ ਜਿਹੜੇ ਜਲਦੀ ਦੇ ਨਾਲ ਗ੍ਰਾਂਟ 'ਚ ਪੁੱਜਣ ਮੇਰੀ ਬੇਨਤੀ ਹੈ ਸ਼ੇਰੋਂ ਵਰਸੀ ਦੀਵਾਨੇ ਜੱਗਾ ਦੀਵਾਨੇ ਪਿੰਡ ਵਾਲਾ ਸਾਡਾ ਵੀਰ ਕਾਕਾ ਸ਼ੇਰੋਂ ਵਾਲਾ ਉਹ ਖਿਡਾਰੀ ਜਿਹੜੇ ਜਲਦੀ ਨਾਲ ਆਪਾਂ ਆਪਣੀਆਂ ਟੀਮਾਂ ਨੂੰ ਲੈ ਕੇ ਤਿਆਰੀ ਕਰਕੇ ਗੱਭਰੂ ਗ੍ਰਾਂਟ 'ਚ ਪੁੱਜਣ ਸ਼ੇਰੋਂ ਤੇ ਦੀਵਾਨੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਅੱਜ ਦਾ 3ਜੇ ਸਾਲ ਦਾ ਹਾਂਜੀ ਬਾਈ ਜੀ ਸਾਡੇ ਪ੍ਰਬੰਧਕ ਵੀਰ ਕਹਿੰਦੇ ਵੀ ਜੇ ਸਾਨੂੰ ਪਤਾ ਲੱਗ ਗਿਆ ਵੀ ਕੋਈ ਟੀਮ ਰਲ ਕੇ ਖੇਡਦੀ ਹੈ ਤੇ ਅਸੀਂ ਉਹ ਕੱਟ ਦੇਵਾਂਗੇ ਇਹ ਟੀਮਾਂ ਜਿਹੜੀਆਂ ਨੋਟ ਕਰ ਲੈਣ ਸਾਡੇ ਪ੍ਰਬੰਧਕ ਵੀਰ ਕਹਿ ਰਹੇ ਵੀ ਜੇਕਰ ਸਾਨੂੰ ਪਤਾ ਲੱਗਦਾ ਵੀ ਕੋਈ ਟੀਮ ਰਲ ਕੇ ਖੇਡਦੀ ਹੈ ਅਸੀਂ ਉਹ ਟੀਮ ਕੱਟ ਦੇਵਾਂਗੇ ਇਹ ਟੀਮਾਂ ਜਿਹੜੀਆਂ ਨੋਟ ਕਰ ਲੈਣ ਸ਼ਾਹੋਗੇ ਤੇ ਸਾਡੇ ਸਕਿਉਰਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਅੰਦਰ ਆ ਸਾਰੇ ਬਾਹਰ ਕੱਢ ਦਿਓ ਪਾਸਲਾ ਤੇ ਸ਼ਾਹੋਗੇ ਦਾ ਮੈਚ ਹੋਵੇਗਾ ਦੀਵਾਨੇ ਤੇ ਸ਼ੇਰੋਂ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਇਹ ਟੀਮਾਂ ਜਲਦੀ ਤੋਂ ਜਲਦੀ ਮੇਰੇ ਭਰਾ ਗਰਾਊਂਡ 'ਚ ਆ ਜਾਣ ਸਾਹੋਕੇ ਤੇ ਪਾਸਲਾ ਦੂਜੇ ਮੈਚ ਲਈ ਪਹਿਲਾ ਮੈਚ ਦੀਵਾਨਾ ਤੇ ਸ਼ੇਰੋਂ
ਸ਼ੇਰੋਂ ਵਰਸੀ ਦੀਵਾਨੇ ਪਿੰਡ ਦੀਆਂ ਟੀਮਾਂ 1 ਮਿੰਟ ਦੇ ਵਿੱਚ ਵਿੱਚ ਖਿਡਾਰੀ ਜਿਹੜੇ ਗ੍ਰਾਉਂਡ ਪਹੁੰਚੇ ਹਨ ਇਸ ਧਰਤੀ ਉੱਤੇ ਰਹਿਮਤ ਹੈ ਰਿਸ਼ੀਆਂ ਮੁਨੀਆਂ ਤੇ ਅਵਤਾਰਾਂ ਦੀ ਸ਼ਹੀਦ ਭਗਤ ਕਰਤਾਰ ਸਰਾਭੇ ਊਧਮ ਜੇ ਸਰਦਾਰਾਂ ਦੀ ਇਹਦੇ ਖੇਤਾਂ ਵਿੱਚ ਹਰਿਆਲੀ ਏ ਬਾਗੀ ਖੜੀਆਂ ਗੁਲਜ਼ਾਰਾਂ ਨੇ ਇੱਥੇ ਸ਼ੈਲ ਸ਼ਬੀਲੇ ਗੱਭਰੂ ਨੇ ਜੋਬਨ ਮਤੀਆਂ ਮੁਟਿਆਰਾਂ ਨੇ ਇਹਦੀ ਗੋਦ 'ਚ ਪੰਜ ਦਰਿਆ ਬਹਿੰਦੇ ਅੰਮ੍ਰਿਤ ਦੇ ਪਾਣੀ ਵਗਦੇ ਨੇ ਇੱਥੇ ਗਿੱਧੇ ਭੰਗੜੇ ਪੈਂਦੇ ਨੇ ਖੇਡਾਂ ਦੇ ਮੇਲੇ ਲੱਗਦੇ ਨੇ ਇੰਗਲੈਂਡ ਕੈਨੇਡਾ ਅਮਰੀਕਾ ਤੱਕ ਧੁੰਮਾਂ ਪੈਣ ਜਨਾਬ ਦੀਆਂ ਲੰਘਿਆੜੀਆਂ ਜੋਧਿਆ ਕਰ ਸਜਦਾ ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ੇਰੋਂ ਦੀ ਟੀਮ ਆ ਗਈ ਹੈ ਦੀਵਾਨਿਆਂ ਵਾਲੇ ਗੱਭਰੂ ਵੀ ਜਲਦੀ ਨਾਲ ਖਿਡਾਰੀ ਜਿਹੜੇ ਦੌੜ ਕੇ ਗਰਾਊਂਡ ਦੇ ਵੱਲ ਨੂੰ ਆ ਜਾਣ ਦੀਵਾਨੀ ਤੇ ਸ਼ੇਰੋਂ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਅੱਜ ਦਾ 70 ਕਿਲੋ ਭਾਰ ਦਾ 3ਵੇਂ ਸਾਲ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਹਾਂਜੀ ਮਨਦੀਪ ਅਗਲੀਆਂ ਮੈਚ ਤੇ ਕਬੱਡੀਆਂ ਆਪਣਾ ਵੀਰ ਦਲਬਾਗ ਗਜਨਵਾਲਾ ਜੀ ਹਾਂਜੀ ਆ ਜਾਓ ਮੇਰੇ ਵੀਰ ਦਲਬਾਗ ਗਜਨਵਾਲਾ ਅਗਲੀ ਜਿਹੜੀ ਮਾਈਕ ਦੇ ਉੱਪਰ ਸਵਾਵਾਂ ਦੇਵੇਗਾ ਸ਼ੇਰੋਂ ਤੇ ਦੀਵਾਨੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਦੀਵਾਨੇ ਤੇ ਸ਼ੇਰੋਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਮਾਈਕ ਦੇ ਉੱਪਰੋਂ ਦਲਬਾਗ ਗਜਨਵਾਲਾ ਬਾਈ ਜੀ ਸਾਡਾ ਬਾਈ ਗੁਰਜੀਤ ਮਠਾੜੂ ਤੋਂ ਪਹੁੰਚੇ ਨੇ ਮਠਾੜੂ ਵਾਲੇ ਸਾਡੇ ਸੱਜਣ ਬਿਲਡਰਜ਼ ਵਾਲੇ ਔਰ ਬਾਈ ਦਲਬਾਗ ਜੀ ਇੱਕ ਬੇਨਤੀ ਆ ਅਵਤਾਰ ਸਿੰਘ ਜੀ ਔਲਖ ਪਿੰਡ ਵਾਲੇ ਜਿਹੜੇ ਕੇਸਾਧਾਰੀ ਬੱਚਿਆਂ ਨੂੰ ਸਨਮਾਨ ਜਿਨ੍ਹਾਂ ਨੇ ਦੇਣੇ ਆ ਜਦੋਂ ਵੀ ਕੇਸਾਧਾਰੀ ਕੋਈ ਖਿਡਾਰੀ ਖੇਡਦਾ ਤਾਂ ਸਟੇਜ ਤੇ ਆਇਆ ਕਰੇ ਇੱਥੇ ਅਵਤਾਰ ਸਿੰਘ ਜੀ ਹੁਣੇ ਬੈਠੇ ਹਾਂਜੀ ਵੀਰ ਜੀ ਟਾਈਮ ਜਿਹੜਾ ਆਪਣਾ ਸੈਮੀਫਾਈਨਲ ਨੂੰ ਕਿੰਨਾ ਟਾਈਮ ਦਿੱਤਾ ਜਾ ਰਿਹਾ ਜੀ ਜਾਗੜੀ ਤੇ ਗਗਨਾ ਬਾਈ ਜੀ ਲੰਗਰ ਦੇ ਕੋਲ ਚਲੇ ਜਾਣ ਮੇਰੇ ਜੀ ਹਾਂਜੀ ਸਾਢੇ ਦਸ ਗਿਆਰਾਂ ਸੈਮੀਫਾਈਨਲ ਹੈ ਜੀ ਦੇ ਦਿਓ ਦਸ ਹਰਜਿੰਦਰ ਸਿੰਘ ਜੀ ਜਿੰਦੀ ਮਾੜੀ ਮੁਸਤਫਾ ਪਿੰਡ ਵਾਲੇ ਵੀ ਖੇਡਾਂ ਦਾ ਆਨੰਦ ਮਾਣਨ ਦੇ ਲਈ ਪਹੁੰਚੇ ਨੇ ਜੀ ਆਖਦੇ ਆ ਬਹੁਤ ਬਹੁਤ ਧੰਨਵਾਦ ਜੀ ਹੈਲੋ ਲਓ ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ ਸ਼ੇਰੋਂ ਪਿੰਡ ਦੀ ਟੀਮ ਜਿਹੜੀ ਇਹ ਟੀਮ ਪਿੰਡ ਵਾਲੇ ਪਾਸੇ ਹੈ ਔਰ ਦੂਸਰੇ ਪਾਸੇ ਲੰਗਿਆਣੇ ਵਾਲੀ ਸਾਈਡ ਟੀਮ ਜਿਹੜੀ ਇਹ ਦੀਵਾਨੇ ਪਿੰਡ ਦੀ ਹੈ ਦੋਨੋਂ ਹੀ ਟੀਮਾਂ ਜਿਹੜੀਆਂ ਪੰਜਾਬ ਦੀਆਂ ਨਾਮਵਰ ਟੀਮਾਂ ਨੇ ਖੇਡ ਮੈਦਾਨ ਦੇ ਵਿੱਚ ਪੁੱਜੀਆਂ ਹੋਈਆਂ ਨੇ ਮੰਦਰ ਕੈਨੇਡਾ ਔਰ ਬਾਈ ਜਿੰਦੀ ਸਾਡੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਪਹੁੰਚੇ ਨੇ ਕਬੱਡੀ ਦੇ ਨਾਲ ਥਾਂ ਪਿਆਰਾ ਮਾੜੀ ਮੁਸਤਫਾ ਪਿੰਡ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਸਾਡੇ ਵੀ ਨਿਰ ਦੇ ਉੱਤੇ ਸਖਰਾਜ ਮੱਦੀ ਜੀ ਉਹਨਾਂ ਦੇ ਨਾਲ ਸਾਡਾ ਵੀ ਰੇਸ਼ਮ USA ਔਰ ਪੰਜਾਬ ਲੈਵ ਦੇ ਉੱਤੇ ਜਿਹੜੇ ਨਿਰ ਦੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਸਿੱਧਾ ਲੈਵ ਜਿਹੜਾ ਇਹਨਾਂ ਮੈਚਾਂ ਦਾ ਪੂਰੀ ਦੁਨੀਆਂ ਦੇ ਵਿੱਚ ਦਿਖਾਇਆ ਜਾ ਰਿਹਾ ਦਰਸ਼ਕ ਵੀਰੋ ਓਵਰ ਟੂ ਗਰਾਊਂਡ ਦਲਬਾਗ ਗਜਨਵਾਲ ਹੈਲੋ ਲਓ ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਅੰਦਰ ਸਟਾਰਟ ਹੋ ਚੁੱਕਿਆ ਹੈ ਲਓ ਪਹਿਲੀ ਕਬੱਡੀ ਦੇਖਦੇ ਵੀ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋ ਕੇ ਕੌਡੀ ਖੇਡਦਾ ਲਓ ਦੀਵਾਨੇ ਪਿੰਡ ਦੇ ਜੱਗੇ ਦੀ ਪੈਂਦੀ ਹੋਈ ਕਬੱਡੀ ਔਰ ਦੇਖਦੇ ਵੀ ਸ਼ੇਰੋ ਪਿੰਡ ਦਾ ਇਸ ਸਮੇਂ ਨੌਜਵਾਨ ਜਫੀ ਘਾਗਾ ਲਾ ਪਹਿਲਾ ਜਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਲਓ ਇਸ ਸਮੇਂ ਦੇਖਦੇ ਵੀ ਅਵਤਾਰ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਇਸ ਸਮੇਂ ਪਹਿਲੀ ਕਬੱਡੀ ਪਾਉਣ ਦੇ ਲਈ ਲਓ ਇਸ ਸਮੇਂ ਨੌਜਵਾਨ ਬਿਲਕੁਲ ਤਿਆਰ ਬਰਤਿਆਰ ਹੈ ਦੇਖਦੇ ਕਿ ਅਵਤਾਰ ਨੋਨੇ ਭੈਣੀ ਪੜਿੰਗਾ ਵਾਲੇ ਦੀ ਗੱਲ ਲਓ ਇਸ ਸਮੇਂ ਪੈਂਦੀ ਹੋਈ ਕਬੱਡੀ ਹੈ ਅੱਜ ਲੱਗੀਆਂ ਹੋਈਆਂ ਰੌਣਕਾਂ ਨੇ ਕੀ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੱਧੇ ਭੰਗੜੇ ਖੇਡਾਂ ਦੀ ਇੱਥੇ ਇੱਕ ਰੀਤ ਪੁਰਾਣੀ ਹੈ ਲਓ ਮਾਲਵੇ ਦੀ ਧਰਤੀ ਇਤਿਹਾਸਕ ਪਿੰਡ ਹੈ ਲਓ ਦੇਖਦੇ ਵੀ ਦਲਬਾਗ ਆਪਣਾ ਬਹੁਤ ਹੀ ਸਤਿਕਾਰਯੋਗ ਵੀਰ ਮਾਂ ਖੇਡ ਕਬੱਡੀ ਦੇ ਨਾਲ ਜਿਹਨਾਂ ਦਾ ਅੰਤਾਂ ਦਮੋ ਸਰਦਾਰ ਅਵਤਾਰ ਸਿੰਘ ਜੀ ਬਰਾੜ ਹਾਂਗ ਲੰਘਿਆਣਾ ਪਿੰਡ ਆ ਜਿਹਨਾਂ ਦਾ ਮੇਰੇ ਵੀਰੋ ਕਬੱਡੀ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੇ ਨਾਲ
भाई ब्याज सिंह जी लंघियाना और भाई जोधा जी साढ़े उगे खेड़ लेके पहुंचे ने बहुत बहुत धन्यवाद जी आखते हैं रोडिया की धरती से आने भाई तारसे जी बराड़ हाँ कांग जी आओ जी बराड़ साहब ओवर टू ग्राउंड दरबार गजना मेरा वीर हैलो लो इस समय नाल ही देखते भी पैंदी हुई कबड्डी खेल मैदान के अंदर नौजवान खिलाड़ी दी और दूसरे पासे देखते भी चार जाफी लो नौजवान इस समय दीवाने पिंड के एक कली तो गभरू सिंह सरदार सजा होया है लो देखते भी अज लगिया हुई रौनक है रोडे पिंड पूरी दुनिया भर का प्रसिद्ध नगर है नौ ते दस जनवरी जी पांच ग्राही कलां दे कबड्डी कुंभ दी आदर्श करो नौ तरीक नूं कबड्डी ओपन ते दस जनवरी नूं अठ अकैडमियां दे जिहड़े मुकाबले होणगे चल भी इधरले बने पार देखदे भी नौजवान देखदे डौले उत्ते शेर खुड़वाया होया है देखते भी इधरले बने हल्का जा टच और इस समय पॉइंट जरा शेरों की टीम के हिस्से जुड़ा हुआ लो अगली कबड्डी देखते भी भगता भाई पिंड है और देखते भी दीवानिया की टीम के वालों पई हुई कबड्डी एक लखन के पंडिया का प्रसिद्ध पर आ देखते भी भगते भाई पिंड का नौजवान सुखी इस समय लखा जिहा पॉइंट जरा जोड़ता हुआ दीवानिया की टीम के लिए लो अज देखते भी ये तीजा शानदार कबड्डी का टूरनामेंट संत जरनैल सिंह जी भिंडरां वाले 20वीं सदी के महान शहीद उन्हां दी याद नूं समर्पित उन्हां दे जद्दी नगर दे विच लगियां रौनकां इस समय पंजाबियां दी मां खेड़ कबड्डी दीआं